touch with him, and he's the founder of this Satyagraha series. Yeah, we can begin somewhere. Can we start now? Yes, thank you. Okay. Thank God my career ambitions were not recorded. So, good evening. Welcome to Satyagraha Talk Series, Voices from Punjab and Haryana, in the context of farmers' movement. Just 2 days before the Republic Day and the historic march, which is in preparations, and as the movement rages on, carrying momentum and occupying that monumental status, we are here to discuss the about obviously the farm bills, the farmer demand, which is to demand the rollback of these laws, privatization in agriculture, which is the hallmark of these bills, and as well as to discuss the momentum that has been gaining up and has been garnering that kind of support on ground. As we see the visuals, which is very heartwarming, we see the visuals of thousands and thousands of trolleys coming from each and every district, which is very encouraging, heartwarming, and we are equally praying for safety and the smooth and effective display of resilience and discipline as it has carried forward the fight till now. So over to Manveer ji, who has joined in live from Delhi, who can give us the best possible authentic feeling of the moment at this point of time. So yes, over to Manveer ji. ਮੈਮ ਆਪਾਂ ਕੱਲ ਤੋਂ ਇੱਕ ਗੱਲ ਡਿਸਕਸ ਕਰ ਰਹੇ ਕਿ ਰੈਡੀਨੈਸ ਕਿੰਨੀ ਕੁ ਮੈਂ ਨਾ ਉਹਦੀ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਮੈਂ ਕੱਲ ਵੀ ਲਾਈਵ ਸੁਣਿਆ ਸਾਡਾ ਸਾਰਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਿ ਹਰੇਕ ਸਿੱਖ ਨੇ ਦਸਵੰਧ ਕੱਢਣਾ ਜਦੋਂ ਕੋਈ ਆਪਾਂ ਕੋਈ ਵੀ ਕਾਰਜ ਕਰਨਾ ਤਾਂ ਦਸਵੰਧ ਦੇਣਾ ਅੱਜ ਦੀ ਡੇਟ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਹਰੇਕ ਬੰਦਾ ਬਿਨਾਂ ਕਿਸੇ ਦੇ ਚੈੱਕ ਤੋਂ ਬਿਨਾਂ ਕਿਸੇ ਕਹੇ ਤੋਂ ਉਹ ਆਪਣਾ ਦਸਵੰਧ ਦੇ ਰਿਹਾ ਜਿੰਨੇ ਤੁਸੀਂ ਟਰੈਕ ਤੁਸੀਂ ਕਿਹਾ ਵੀ 1000 ਟਰਾਲੀ ਜਾ ਰਹੀ ਆ ਮੈਮ ਮੈਂ ਉੱਥੇ ਜਾ ਰਿਹਾ ਰਸਤੇ ਚ ਤੇ ਤੁਸੀਂ 1000 ਟਰਾਲੀ ਨੂੰ ਐਕਸਪਲੇਨ ਨਹੀਂ ਕਰ ਸਕਦੇ ਡਿਫਾਈਨ ਨਹੀਂ ਕਰ ਸਕਦੇ ਕਿ ਟਰਾਲੀ ਕਾਰਸ ਜੀਪਸ ਮੋਟਰਸਾਈਕਲ ਸਕੂਟਰਸ ਸਭ ਕੁਛ ਜਾ ਰਿਹਾ ਉੱਥੇ ਸੋ ਜਿਹੜੀ ਰੈਡੀਨੈਸ ਤਾਂ ਇੱਥੋਂ ਹੀ ਸਟਾਰਟ ਹੋਣੀ ਹੈ ਕਿ ਆਪਾਂ ਕਿੰਨਾ ਕੁ ਉਸ ਟੋਪਿਕ ਬਾਰੇ ਸੀਰੀਅਸ ਕਿੰਨਾ ਕਹਿ ਗਿਆ ਸੋ ਆਪਣਾ ਜਿਹੜਾ ਪੰਜਾਬ ਇਸ ਟਾਈਮ ਇਸ ਤਰ੍ਹਾਂ ਦੀ ਇੱਕ ਲਹਿਰ ਬਣ ਚੁੱਕੀ ਹੈ ਕਿ ਇਹ ਆਪਣੇ ਵਾਸਤੇ ਇੱਕ ਰਿਲੀਜਨ ਬਣ ਚੁੱਕੀ ਹੈ ਕਿਸਾਨੀ ਅੰਦੋਲਨ ਸਾਡੇ ਵਾਸਤੇ ਰਿਲੀਜਨ ਹੈ ਇਸ ਟਾਈਮ ਬਸ ਮੈਂ ਤਾਂ ਇਹੀ ਗੱਲ ਕਹੂੰਗਾ ਜੀ ਮਨਵੀਰ ਤੁਸੀਂ ਜਿੱਦਾਂ ਹੁਣ ਉੱਥੇ ਰਾਹ ਚ ਵੀ ਦੇਖਿਆ ਤੇ ਏਦਾਂ ਦੀ ਕੋਈ ਮਤਲਬ ਤੁਹਾਨੂੰ ਰੋਕਿਆ ਜਾਂ ਕੋਈ ਏਦਾਂ ਦੇ ਬੈਰੀਅਰ ਜਾਂ ਕੋਈ ਏਦਾਂ ਦੀ ਮਿਸਲੀਡਿੰਗ ਕੋਈ ਤੁਹਾਨੂੰ ਕੋਈ ਰੁਕਾਵਟ ਆਈ ਹੋਵੇ ਨਹੀਂ ਪ੍ਰਭਨੂਰ ਜੀ ਕੋਈ ਰੁਕਾਵਟ ਨਹੀਂ ਹੈਗੀ ਕੋਈ ਕੁਛ ਨਹੀਂ ਹੈਗਾ ਉਲਟਾ ਸਗੋਂ ਜਿਹੜੀ ਪੁਲਿਸ ਖੜੀ ਹੈ ਉਹ ਜੋ ਝੰਡੇ ਵਾਲੀ ਗੱਡੀ ਜਾ ਰਹੀ ਹੈ ਜੋ ਟਰੈਕਟਰ ਟਰਾਲੀ ਜਾ ਰਹੀਆਂ ਉਹਨਾਂ ਨੂੰ ਆਪ ਮਤਲਬ ਉਹ ਗਾਈਡ ਕਰ ਰਹੇ ਆ ਕਿਉਂਕਿ ਜਿਹੜਾ ਜਰਨਲ ਟ੍ਰੈਫਿਕ ਆ ਉਹ ਡਿਵਰਟ ਹੋਰ ਪਾਸੇ ਆ ਜੀ ਜਿਹੜਾ ਦਿੱਲੀ ਜਾਣ ਵਾਲਾ ਕਿਸਾਨੀ ਅੰਦੋਲਨ ਵਾਲਾ ਟ੍ਰੈਫਿਕ ਅੱਡ ਪਾਸੇ ਆ ਸੋ ਬਹੁਤ ਵਧੀਆ ਮਤਲਬ ਹੈਗਾ ਬਟ ਹਾਂ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਚੱਲ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਪੰਜਾਬ ਤੋਂ ਆ ਰਹੇ ਅੱਜ 24 ਤਰੀਕ ਹੈ 25 ਤਰੀਕ ਨੂੰ ਇਹ ਤੋਂ ਵੀ ਵੱਧ ਆ ਰਹੇ So I think we've joined with Mavi ji. Mavi ji, good growth and everybody most welcome. Mavi ji, yes, please go ahead. Unmute karta main na nu. Haan ji, meri awaaz aa rahi hai ji sare nu. Haan ji, good evening, Mavi ji. Very good evening. Now today it's a happy moment, a proud moment, and very encouraging. ਸ਼ਾਹਜਹਾਂਪੁਰ ਵਾਲੇ ਮੋਰਚੇ ਤੋਂ ਧਾਰੂਹੇੜਾ ਵਾਲਾ ਜਿਹੜਾ ਅੱਗੇ ਮੋਰਚਾ ਆਇਆ ਉਹਦੇ ਸਾਡੇ ਕੋਲ ਸਾਥੀ ਨੇ ਮੈਂ ਤੁਹਾਨੂੰ ਦਿਖਾਉਣਾ ਵੀ ਹੈ ਜਿਹੜੇ ਪੂਨਾ ਤੋਂ ਰਿਲੇ ਰੇਸ ਭੱਜਦੇ ਹੋਏ ਆਏ ਆ ਉਹ ਹੁਣ ਦੋ ਸਾਥੀ ਮੇਰੇ ਨਾਲ ਇੱਥੇ ਪਿੱਛੇ ਆ ਪਿਛਲੀ ਸੀਟ ਤੇ ਨੇ ਇਹ ਦੋ ਸਾਥੀ ਸਾਡੇ ਬਾਕੀ ਦੇ ਤਿੰਨ ਹੁਣ ਉੱਥੇ ਨੇ ਤੁਸੀਂ ਦੇਖ ਪਾ ਰਹੇ ਹੋ ਜੀ ਇਹਨਾਂ ਨੂੰ ਹਾਂਜੀ ਜਿੰਦਾਬਾਦ ਕਰੇ ਜ਼ੋਰ ਸੇ ਬੋਲੀਏ ਜਿੰਦਾਬਾਦ ਇਹ ਸਾਥੀਆਂ ਨੂੰ ਹੁਣ ਅਸੀਂ ਇੱਥੋਂ ਲੈ ਆਏ ਹਾਂ ਸਵਾਗਤ ਕਰਕੇ ਸ਼ਾਹਜਹਾਂਪੁਰ ਤੋਂ ਤੇ ਸ਼ਾਹਜਹਾਂਪੁਰ ਤੋਂ ਅੱਗੇ ਜਿਹੜਾ ਧਾਰੂਹੇੜਾ ਵਾਲਾ ਮੋਰਚਾ ਉੱਥੇ ਦੌੜ ਕੇ ਅਸੀਂ ਇਹਨਾਂ ਨੂੰ ਸਵਾਗਤ ਕਰਕੇ ਤੇ ਉੱਥੋਂ ਰਿਸੀਵ ਕਰਨ ਆਉਣਗੇ ਸਾਡੇ ਸਾਥੀ ਤੇ ਇਹਨਾਂ ਨਾਲ ਅਸੀਂ ਮੈਂ ਤੁਹਾਡਾ ਮੈਂ ਮਾਫੀ ਚਾਹੁੰਦਾ ਵਿੱਚੋਂ ਦੀ ਮੈਂ ਬ੍ਰੇਕ ਲਾਊਂਗਾ ਤੇ ਅਸੀਂ ਕਿਲੋਮੀਟਰ 1-2 ਕਿਲੋਮੀਟਰ ਮੈਂ ਵੀ ਇਹਨਾਂ ਦੇ ਨਾਲ ਭੱਜੂਗਾ
ਤੇ ਅਸੀਂ ਇਹਨਾਂ ਨਾਲ ਦੌੜਾਂਗੇ। ਕੱਲ ਨੂੰ ਇਹ ਸਾਥੀ ਟੀਕਰੀ ਪਹੁੰਚਣਗੇ, ਇੱਥੋਂ ਦੌੜ ਕੇ ਟੀਕਰੀ 112 ਕਿਲੋਮੀਟਰ, ਮਤਲਬ ਇੱਥੋਂ ਧਾਰੂਗੜਾ ਤੋਂ ਕੁਛ 90 ਕਿਲੋਮੀਟਰ ਰਹਿ ਜੂਗਾ, ਇਹ ਟੀਕਰੀ ਪਹੁੰਚਣਗੇ, ਉੱਥੇ ਸਵਾਗਤ ਹੋਏਗਾ ਜੀ ਇੱਥੇ 26 ਜਨਵਰੀ ਦੀ ਪਰੇਡ ਤੇ ਅਸੀਂ। ਸੋ ਰੈਡੀਨੈਸ ਤੋਂ ਸਭ ਤੋਂ ਵੱਡੀ ਗੱਲ, ਹੁਣ ਆਪਾਂ ਅੱਜ ਦੇ ਟੌਪਿਕ ਤੇ ਆਉਂਦੇ ਹਾਂ ਕਿ ਇੰਡੀਅਨ ਮਤਲਬ ਡਿਫੈਂਸ, ਇੰਡੀਅਨ ਡਿਫੈਂਸ ਫੋਰਸਿਸ 26 ਜਨਵਰੀ ਦੀ ਪਰੇਡ ਤੇ ਕੀ ਕਰਦੀਆਂ ਨੇ ਤੇ ਸ਼ੋ ਦੇਅਰ ਮਾਈਟ ਐਂਡ ਦੇਅਰ ਡਿਸਿਪਲਿਨ। ਤੇ ਅਸੀਂ ਵੀ ਫਿਰ ਕਿਸਾਨ ਵੀ ਸ਼ੋ ਕਰਨਗੇ ਦੇਅਰ ਮਾਈਟ ਐਂਡ ਡਿਸਿਪਲਿਨ, ਉਹਨਾਂ ਦੀ ਤਾਕਤ ਤੇ ਉਹਨਾਂ ਦਾ ਅਨੁਸ਼ਾਸਨ। ਉਹ ਅਸੀਂ ਤਾਕਤ ਵੀ ਦਿਖਾਵਾਂਗੇ ਤੇ ਅਨੁਸ਼ਾਸਨ ਵੀ ਦਿਖਾਵਾਂਗੇ। ਤੇ ਮੇਰਾ ਖਿਆਲ ਸ਼ਾਇਦ ਦੇਸ਼ ਦੇ ਇਤਿਹਾਸ ਚ ਪਹਿਲੀ ਵਾਰੀ ਹੋਊਗੀ ਕਿ ਜਿਹੜਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਹੈ, ਦਿੱਲੀ ਦੇ ਅੰਦਰ ਵਾਰ ਜਵਾਨ ਪਰੇਡ ਕਰ ਰਹੇ ਹੋਣਗੇ, ਦਿੱਲੀ ਦੇ ਬਾਹਰ ਵਾਰ ਕਿਸਾਨ ਪਰੇਡ ਕਰ ਰਹੇ ਹੋਣਗੇ। ਇਹ ਹਿੰਦੁਸਤਾਨ ਦੇ ਇਤਿਹਾਸ ਦੀ ਪਹਿਲੀ ਸ਼ਾਨਦਾਰ ਪਰੇਡ ਹੋਏਗੀ ਜਿੱਥੇ ਜਵਾਨ ਤੇ ਕਿਸਾਨ ਦੋਵੇਂ ਪਰੇਡ ਕਰਨਗੇ ਜੀ। ਦੈਟ ਵਾਸ ਮਾਈ ਮਾਈ ਥੈਂਕ ਯੂ। ਵੈਰੀ ਨਾਈਸ, ਅਨੁਸ਼ਾਸਨ ਐਂਡ ਮਾਈਟ, ਦੈਟ ਇਜ਼ ਸਮਥਿੰਗ ਦੈਟ ਵੀ ਹੋਪ ਦੈਟ ਇਟ ਵਿਲ ਬੀ ਡਿਸਪਲੇਡ ਇਨ ਹਿਊਜ ਨੰਬਰਸ ਐਂਡ ਇਨ ਅ ਕੰਪਲੀਟਲੀ ਇਨ ਅ ਮੈਨਰ ਦੈਟ embodies Punjabi spirit and also the struggles of the farmers movement so far. So we can have now Prabhnoor taking over to the next speakers. We can quickly have Gurjot and Zubi. I think we can start with Gurjot quickly and then I think probably these guys, Manveer, Gurjot, they are a little busy. Gurjot, so where have you reached? Yes, hello everyone. Main actually drive kar rahe hain right now. Main bhi family de naal hai. Delhi jaan diyan taiyariyan ho rahiyan ne. Te and bas on the way hai, Haryana pahunche hain. Dekhde hain ja ke ki mahol hai ki nahi. Bas haje tak jo update aayi hai, haje sare ready ho rahe ne utthe parade layi. Taiyariyan chal rahiyan ne utthe. And ਬਸ ਦੇਖਦੇ ਆ ਹੁਣ ਜਾ ਕੇ ਕੀ ਬਣਦਾ। ਵੈਸੇ ਅੱਜ ਦਾ ਟੌਪਿਕ ਕੀ ਹੈ, ਕਿਹਦੇ ਤੇ ਆਪਾਂ ਡਿਸਕਸ ਕਰ ਰਹੇ ਹਾਂ? ਅਸੀਂ ਕੱਲ ਵਾਲੇ ਟੌਪਿਕ ਨੂੰ ਹੀ ਫਰਦਰ, ਵੀ ਆਰ ਜਸਟ ਟ੍ਰਾਈਂਗ ਟੂ ਸਟਰੈਂਥਨ ਦੈਟ। ਆਈ ਥਿੰਕ ਕੱਲ ਬਹੁਤ ਬਿਊਟੀਫੁਲੀ ਮਾਵੀ ਜੀ ਨੇ ਤੇ ਸਾਰੇ ਸਪੀਕਰਸ ਨੇ, ਗੁਜ਼ਾਰ ਜੀ ਨੇ ਸਾਨੂੰ ਦੁਬਾਰਾ ਚਰਖੇ ਯਾਦ ਹੋਏ ਨੇ ਤੇ ਦ ਬੈਸਟ ਅੰਡਰਸਟੈਂਡਿੰਗ ਦੈਟ ਵੀ ਕੈਨ ਡਰਾਈਵ ਫਰੋਮ ਆਵਰ ਹਿਸਟਰੀ, ਆਈ ਥਿੰਕ ਦ ਇਨਰਿਚਿੰਗ ਹਿਸਟਰੀ ਦੈਟ ਵੀ ਹੈਡ। ਸੋ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਅੱਜ ਈਵਨ ਇੱਥੇ ਚੰਡੀਗੜ੍ਹ ਬੜੀ ਡਿਸਿਪਲਿਨ ਨਾਲ ਅੱਜ ਤੋਂ ਹੀ ਲੋਕ ਇੰਨੀ ਤਿਆਰੀ ਚ ਬੈਠੇ ਆ ਔਰ ਬਿਲਕੁਲ 1% ਵੀ ਇਨਡਿਸਿਪਲਿਨ ਨਹੀਂ ਹੈਗਾ। ਇੱਦਾਂ 1 ਸੈਕਿੰਡ ਲਈ ਵੀ ਪੁਲਿਸ ਟੈਨਸ਼ਨ ਚ ਨਹੀਂ ਦੇਖੀ ਮੈਂ ਉੱਥੇ ਖੜੀ। ਇਹੀ ਸੇਮ ਬਿਲਕੁਲ ਮਾਹੌਲ ਦਿੱਲੀ ਪੁਲਿਸ ਵੀ ਇੱਦਾਂ ਹੀ ਰਿਐਕਟ ਕਰ ਰਹੀ ਹੈ। ਦਿੱਲੀ ਪੁਲਿਸ ਕਹਿ ਰਹੀ ਹੈ ਵੀ ਵੀ ਡੋਨਟ ਹੈਵ ਐਨੀ ਪ੍ਰੋਬਲਮ ਵਿਦ ਕਿਸਾਨ ਮੋਰਚਾ ਐਂਡ ਦਿਸ ਰੈਲੀ। ਇਹ ਇੰਨੇ ਸਾਰੇ ਸਭ ਡਿਸਿਪਲਿਨ ਚ ਨੇ ਐਂਡ ਕੋਈ ਵੀ ਉੱਥੇ ਸਾਡੇ ਆਪਣੇ ਕਿਸੇ ਵੀ ਵੱਲੋਂ ਕੁਛ ਨਹੀਂ ਹੋਏਗਾ ਉੱਧਰ। ਤੇ ਪੁਲਿਸ ਪੂਰਾ ਸਾਥ ਦੇ ਰਹੀ ਆ, ਪੁਲਿਸ ਰੂਟ ਦੇ ਰਹੀ ਆ, ਪੁਲਿਸ ਉੱਥੇ ਕਹਿ ਰਹੀ ਆ ਵੀ ਤੁਸੀਂ ਇਧਰੋਂ ਇਧਰੋਂ ਆਉਂਗੇ, ਜੇ ਤੁਸੀਂ ਕੁਛ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਕੁਛ ਨਹੀਂ ਕਵਾਂਗੇ। ਬਟ ਪੁਲਿਸ ਨੂੰ ਆਰਡਰ ਹੈਗੇ ਨੇ ਪਿੱਛੋਂ ਗਵਰਨਮੈਂਟ ਵੱਲੋਂ ਵੀ ਜੇ ਕੋਈ ਹੜਬੜੀ ਹੋਈ ਤਾਂ ਤੁਸੀਂ ਕਿਸਾਨਾਂ ਨੂੰ ਰੋਕਣ ਲਈ ਕੁਛ ਵੀ ਕਰ ਸਕਦੇ ਹੋ, ਬਟ ਪੁਲਿਸ ਵਿਲ ਨੋਟ ਡੂ ਐਨੀਥਿੰਗ। ਪੁਲਿਸ ਨੇ ਕਿਸਾਨ ਜਥੇਬੰਦੀਆਂ ਨੂੰ ਪ੍ਰੋਮਿਸ ਕਰਿਆ। ਬਿਲਕੁਲ, ਆਈ ਥਿੰਕ ਪੁਲਿਸ ਮਾਵੀ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਕਨੈਕਟ ਟੂ ਫਿਕਸ ਯਰ ਕਨੈਕਸ਼ਨ, ਤੁਸੀਂ ਇੱਕ ਵਾਰੀ ਦੁਬਾਰਾ ਰੀਕਨੈਕਟ ਕਰੋ। ਆਈ ਥਿੰਕ ਸੋ ਪਿਕਿੰਗ ਅਪ ਫਰੋਮ ਵੇਅਰ ਗੁਰਜੋਤ ਲੈਫਟ, ਆਈ ਥਿੰਕ ਆਈ ਅਗਰੀ ਬਿਕੋਜ਼ ਆਈ ਥਿੰਕ ਪੁਲਿਸ ਨੂੰ ਵੀ ਪਤਾ ਹੈ ਕਿ ਸਾਡੇ ਵੀ ਅਸੀਂ ਵੀ ਪਿੱਛੋਂ ਇੱਕ ਖੇਤੀ ਦੇ ਘਰ ਚੋਂ ਹੀ ਆਉਂਦੇ ਹਾਂ, ਉਹਨਾਂ ਨੂੰ ਪਤਾ ਹੈ, ਉਹਨਾਂ ਦਾ ਵੀ ਦਰਦ ਹੈ। ਇਕੱਲਾ ਸਾਡਾ ਜਿਵੇਂ ਅੱਜ ਮਨਵੀਰ ਨੇ ਕਿਹਾ, ਹੀ ਹੈਜ਼ ਜੁਆਇੰਡ ਅਸ ਨੋਟ ਐਜ਼ ਅ ਲੋਇਰ ਬਟ ਐਜ਼ ਅ ਫਾਰਮਰ ਫਸਟ, ਆਈ ਹੈਵ ਜੁਆਇੰਡ ਹੇਅਰ ਨੋਟ ਐਜ਼ ਐਨ ਐਜੂਕੇਸ਼ਨਿਸਟ, ਮੈਂ ਵੀ ਇੱਕ ਫਾਰਮਰ ਦੀ ਕੁੜੀ ਬਣ ਕੇ ਜੁਆਇਨ ਕੀਤਾ ਐਂਡ ਆਈ ਐਮ ਸ਼ੋਰ ਵੀ ਆਲ ਹੈਵ ਜੁਆਇੰਡ ਹੇਅਰ ਫੋਰ ਅ ਵੈਰੀ ਵੈਰੀ ਕਾਮਨ ਕੋਜ਼। ਯੂਪੀ ਤੋਂ ਹੈ ਜਾਂ ਹਰਿਆਣੇ ਤੋਂ, ਸਾਰੇ ਬਿਲੋਂਗ ਕਰਦੇ ਫਾਰਮਰ ਫੈਮਿਲੀ। ਸੋ ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਨਾ, ਉਹਨਾਂ ਦੇ ਅੱਜ ਦੀ ਡੇਟ ਦੇ ਉਹਨਾਂ ਦੀ ਫੀਲਿੰਗਸ ਵੀ ਇਹੀ ਹੈਗੀ ਜੋ ਆਪਣੀ ਹੈਗੀ। ਬਿਲਕੁਲ 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 ਸਹੀ ਹੈ, ਪੁਲਿਸ ਨੇ ਵੈਰੀ ਕਲੀਅਰਲੀ ਕਿਹਾ ਵੀ ਸਾਡੇ ਵੱਲੋਂ ਕੁਛ ਨਹੀਂ ਹੋਏਗਾ, ਫਾਰਮਰਸ ਨੂੰ
ਨਹੀਂ ਨਹੀਂ ਆਪਾਂ ਨਹੀਂ ਵੇਟ ਵੇਟ ਪਲੀਜ਼ ਹੋਲਡ ਆਨ ਸੌਰੀ ਹਾਂਜੀ ਹਾਂਜੀ ਸੋ ਮਨਦੀਪ ਯੂ ਹੈਡ ਸਮ ਕੁਐਸਚਨਸ ਯੈਸਟਰਡੇ ਯੂ ਕੈਨ ਬ੍ਰਿੰਗ ਦੈਟ ਯੂ ਨੋ ਬ੍ਰਿੰਗ ਇਨ ਹੇਅਰ ਐਂਡ ਵੀ ਕੈਨ ਟ੍ਰਾਈ ਐਂਡ ਆਨਸਰ ਇਟ ਮਨਵੀਰ ਜੀ ਤੁਸੀਂ ਕੁਐਸਚਨਸ ਕੱਲ ਕਹਿ ਰਹੇ ਸੀਗੇ ਆਨਸਰ ਨਹੀਂ ਹੋਏ ਸੀਗੇ ਵੀ ਹੈਵ ਟਾਈਮ ਟੂਡੇ ਵੀ ਕੈਨ ਆਨਸਰ ਵੀਲ ਟ੍ਰਾਈ ਐਂਡ ਆਨਸਰ ਦੋਸ ਕੁਐਸਚਨਸ ਨਹੀਂ ਮੈਮ ਕੱਲ ਤਾਂ ਇਸੇ ਗੱਲ ਤੇ ਸੀਗਾ ਇੱਕ ਤਾਂ ਆਪਣੀ ਡਿਸਕਸ਼ਨ ਚੱਲ ਰਹੀ ਸੀ ਇਸ ਪੁਆਇੰਟ ਤੇ ਕਿ ਆਪਾਂ ਨੂੰ ਪਰਮਿਸ਼ਨ ਮਿਲੀ ਜਾਂ ਨਹੀਂ ਮਿਲੀ ਹਾਂਜੀ ਹਨਾ ਤੇ ਉਹ ਜੇ ਪਰਮਿਸ਼ਨ ਮਿਲੀ ਉਹ ਕਿੰਨੀ ਮਿਲੀ ਆਪਾਂ ਨੂੰ ਸੋ ਮੇਰੇ ਖਿਆਲ ਚ ਅੱਜ ਦੀ ਡੇਟ ਦੇ ਵਿੱਚ ਕਲੀਅਰ ਹੋ ਗਿਆ ਸਾਰਾ ਕੁਝ ਆਪਾਂ ਨੂੰ ਕਿ ਆਪਾਂ ਨੂੰ ਕਲੀਅਰ ਕੱਟ ਪਰਮਿਸ਼ਨ ਹੈ ਦਿੱਲੀ ਪੁਲਿਸ ਵੱਲੋਂ ਰਾਈਟ ਐਂਡ ਆਲਸੋ ਵੀਰ ਜੀ ਮੈਂ ਥੋੜਾ ਜਿਹਾ ਇੰਟਰਪਟ ਕਰਦਾ ਮੈਂ ਆਈ ਵਾਸ ਵਾਚਿੰਗ ਐਨਡੀਟੀਵੀ ਟੂਡੇ and the demand of the farmers were they were demanding to enter the Delhi from 5 borders but the Delhi government has permitted them only from 3 borders I think 2 of the borders are under consideration they are thinking over it वैसे सारे जेडे 3 border खुले ने ना इस टाइम सारे ओथे ही पहुंच रहे ने मेन 3 border दी जिथों permission है ਤੇ ਜਿਹੜੇ ਮੋਰਚੇ ਤੇ ਬੈਠਣਗੇ ਮੇਰੇ ਖਿਆਲ ਚ ਇੱਕ ਬਾਰਡਰ ਉਹ ਕਲੋਜ਼ ਹੈ ਜਿੱਥੋਂ ਪੁਲਿਸ ਨੇ ਉੱਤੋਂ ਫਾਇਰਿੰਗ ਕਰੀ ਸੀਗੀ ਉੱਥੇ 5,000 ਬੰਦਾ ਹੈ ਉੱਥੇ ਲੋਕ ਵੀ ਬਹੁਤ ਥੋੜੇ ਨੇ ਇੱਕ ਤਾਂ ਉਹ ਬਾਰਡਰ ਬੰਦ ਕਰਿਆ ਹੋਇਆ ਆਪਣੇ ਲਈ ਹੀ ਬੈਨੀਫਿਟ ਆ ਉਹਦੇ ਵੀ ਇੱਕ ਜਿਹੜੇ 3 ਜਥੇ ਚੱਲਣਗੇ ਪਰੇਡ ਕਰਨ ਲਈ ਉਹ ਨਾਰਮਲ ਤੇ ਪੁਲਿਸ ਦੇ ਵਿੱਚ ਜਿਵੇਂ ਪੁਲਿਸ ਵੇ ਬਣਾ ਸਕਦੀ ਆ ਉਹਨਾਂ ਲਈ ਪੁਲਿਸ ਲਈ ਹੀ ਤੇ ਆਪਣੇ ਲਈ ਵੀ ਉਹ ਦੋਨੇ ਚੀਜ਼ਾਂ ਬੈਨੀਫੀਸ਼ੀਅਲ ਨੇ ਵੀ 3 ਸਾਈਡਾਂ ਓਪਨ ਨੇ ਤੇ 3 ਸਾਈਡਾਂ ਤੋਂ ਪਰੇਡ ਹੋਏਗੀ ਉਹ ਬੈਨੀਫੀਸ਼ੀਅਲ ਹੈ ਦੋ 5 ਕੰਟਰੋਲ ਕਰਨੇ ਔਖੇ ਨੇ ਰਾਈਟ ਜੀ ਵੈਰੀ ਗੁੱਡ ਥੈਂਕ ਯੂ I think since we had been discussing about the role of protests which has really been strengthening democracy since long time but with the coming situations that we are facing we are colliding with dilution of democracy democracy hun badi pani peh gaya us jo bilkul ek concentrated form ch nahi sanu mildi oh bahut hi diluted form ch sade agge aayi hai te sanu bahut sariya problems face karniya peh rahiyan ne but going forward What do you guys suggest ki hun apan nu apni agli generation nu pehle din to hi prepare karna chahida like jive apan kal sare keh rahe sige ki haan bhi sirf ik theoretical way ch na dasso bachchan nu par unhan nu chote hunde to hi readiness deni chahidi hai how to learn to say no how to ensure that we are you know lawfully following and obeying what a democracy demands ki is cheez de utte hun apan nu agliyan generations nu nurture te educate karna chahida hai what do you guys I think I have something to say on this. Yeah. What we need to raise our next generation, so to say, and me speaking at such a young age sounds very weird, but this is what I want to say because kuch mahine pehla government da decision sikha ki NCERT books de vichon secularism nu hata do. Te unse bahut zyada matlab it was a hue and cry because it was very disturbing for somebody who has grown up to love every religion who has grown up to you know in this sense that my country is unity in diversity otherwise it is not you know India has always been unity in diversity it has never been about bigotry or it has never been about hegemony so I think to next generation hai unnu the love of constitution constitutionalism the spirit imbibe karni bahut zaruri hai because if you go to the protest site everybody is invoking the constitution everybody is talking about economic social rights jo sanu constitution international covenants ne oh sanu guarantee kar diya so this is the you know this is the thing or the value system that the constitution gives to us to coexist as citizens like professor upendra bakshi says to coexist as citizens that is what the constitution teaches us right it unites us despite our
all the barriers or all the, you know, wherever we are in whichever part of the country we are. So that is something that is being upheld in this movement. So, yeah. Simran, I have something to say in your continuation. As you said about the NCERT curriculum, we all aware that recently the NCERT cut down the syllabus. Earlier it was 100%. Now the students will have to prepare for the 75% due to this pandemic. And you will be astonished to hear that most of the part which was left by the NCERT, they were concerned with the socialism only. They were concerned with the freedom struggle. They were concerned with the human rights. And they remain those chapters which are in favor of the government's current policies. So this is the scenario which we are facing right now. Thank you. Over to Simran. I so agree with that. I think Simran... Prabhu, you can take it and take the point forward to the next speaker. Okay. Since yesterday, we've been trying to discuss about the role in democracy and, of course, whether this protest... ek protest hai ga, on the surface, adha lag rahe ki, it's like farmer versus BJP. And agar aap inu thoda subplot te jaiye, ta adha lagda ki it's common man versus Ambani Adani. ਤੇ ਕੁਛ ਜਗ੍ਹਾ ਤੇ ਇਹਨੂੰ ਕ੍ਰਿਟੀਕ ਵੀ ਕੀਤਾ ਜਾਂਦਾ ਕਿ ਨਹੀਂ ਨਹੀਂ ਇਹ ਜੀਡੀਪੀ ਦੇ ਵਿੱਚ ਕੁਛ ਨਹੀਂ ਐਡ ਕਰ ਰਿਹਾ ਕੁਛ ਵੀ ਉਹ ਚੀਜ਼ਾਂ ਡਿਫਰੈਂਟ ਹੋ ਰਹੀਆਂ ਨੇ ਬਟ ਹੁਣ ਓਵਰਆਲ ਜਿੰਨਾ ਟਾਈਮ ਅਸੀਂ ਅੱਗੇ ਆ ਚੁੱਕੇ ਹਾਂ ਆਈ ਥਿੰਕ ਇੱਕ ਪਬਲਿਕ ਓਪੀਨੀਅਨ ਸਟਰੋਂਗਲੀ ਪੱਕਾ ਬਣ ਚੁੱਕਿਆ ਕਿ ਇਹ ਪ੍ਰੋਟੈਸਟ ਸਾਡੇ ਫਾਇਦੇ ਲਈ ਹੈ ਹੋਰ ਕੁਛ ਹੋਵੇ ਨਾ ਹੋਵੇ ਇਹ ਪ੍ਰੋਟੈਸਟ ਸਾਨੂੰ ਪੱਕਾ ਫਾਇਦੇ ਲਈ ਹੈ ਸੋ ਆਈ ਵੁੱਡ ਲਾਈਕ ਟੂ ਨੋ ਫਰੋਮ ਯੂ ਗਾਈਸ ਹਲੇ ਵੀ ਤੁਹਾਨੂੰ ਕੁਛ ਇੱਦਾਂ ਦੇ ਸੈਕਟਸ ਜਾਂ ਕੁਛ ਇੱਦਾਂ ਦੇ ਕ੍ਰਿਟੀਕਸ ਲੱਭਦੇ ਆ ਜਾਂ ਮਿਲਦੇ ਆ ਐਂਡ ਹਾਓ ਆਰ ਯੂ ਗਾਈਸ ਹੈਂਡਲਿੰਗ ਇਟ ਕਿ ਜਿਹੜੇ ਕਹਿੰਦੇ ਆ ਕਿ ਨਹੀਂ ਨਹੀਂ ਹਲੇ ਵੀ ਜਦਕਿ ਵੀ ਹੈਵ ਕਮ ਅ ਲੌਂਗ ਵੇ ਵੀ ਹਲੇ ਵੀ ਇਹ ਪ੍ਰੋਟੈਸਟ ਵਿੱਚ ਕੁਛ ਮਿਸਲੀਡਿੰਗ ਹੈ ਜਾਂ ਕੁਛ ਇਦਾਂ ਦਾ ਸੋ ਵਾਟ ਯੂ ਗਾਇਸ ਹੈਵ ਟੂ ਸੇ ਐਨੀਬਡੀ ਮੈਂ ਕੀ ਐਡ ਕਰਨਾ ਚਾਹੂੰਗਾ ਇਹਦੇ ਵਿੱਚ ਜਿਹੜਾ ਆਪਣਾ ਪਿਛਲੀ ਡਿਸਕਸ਼ਨ ਸੀਗੀ ਨਾ ਵੀ ਆਪਾਂ ਨੂੰ ਕਿੱਦਾਂ ਅਗਲੇ ਆਪਣੀ ਜਨਰੇਸ਼ਨ ਨੈਕਸਟ ਜਨਰੇਸ਼ਨ ਨੂੰ ਪਹਿਲਾਂ ਟੀਚ ਕਰਨਾ ਚਾਹੀਦਾ ਪਹਿਲਾਂ ਮੈਂ ਉਹਦੇ ਤੇ 2 ਮਿੰਟ ਬੋਲਦਾ ਜੋ ਮੇਰੇ ਥਾਟਸ ਨੇ ਇਹਦੇ ਵਿੱਚ ਆਪਾਂ ਜਿਹੜੀ ਆਪਣੀ ਜਨਰੇਸ਼ਨ ਸੀਗੀ ਨਾ ਆਪਾਂ ਨੂੰ ਕੀ ਸਿਖਾਇਆ ਜਾਂਦਾ ਸੀਗਾ ਵੀ ਜ਼ਿਆਦਾ ਆਪਾਂ ਨੂੰ ਰਿਲੀਜਨ ਬਾਰੇ ਸਿਖਾਇਆ ਜਾਂਦਾ ਸੀਗਾ ਨਾ ਵੀ ਆਹ ਤੁਹਾਡਾ ਰਿਲੀਜਨ ਹੈ ਆਹ ਹਿੰਦੂ ਹੈ ਵੀ ਤੁਸੀਂ ਸਿੱਖ ਹੋ ਰਾਈਟ ਇਹੋ ਜਿਹਾ ਕੁਛ ਸਿਖਾਉਣ ਨਾਲੋਂ ਆਪਾਂ ਨੂੰ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਆਹ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਨੇ ਵੀ ਤੁਹਾਡੀ ਕੀ ਕੰਟਰੀਬਿਊਸ਼ਨ ਹੋ ਸਕਦੀ ਆ ਤੁਹਾਡੀ ਆਉਣ ਵਾਲੀ ਜਿਹੜਾ ਤੁਹਾਡਾ ਟਾਈਮ ਹੈ ਜਿਹੜੇ ਆਹ ਫਾਲਤੂ ਦੀਆਂ ਗੱਲਾਂ ਨੇ ਇਹਨਾਂ ਤੋਂ ਪਿੱਛੇ ਹਟਾ ਕੇ ਨਾ ਹਰੇਕ ਬੰਦੇ ਨੂੰ ਪੋਲੀਟੀਸ਼ੀਅਨ ਬਣਨਾ ਪੈਣਾ ਜਿਵੇਂ ਇੱਕ ਆਹ ਵੈਸੇ ਅਰਵਿੰਦ ਕੇਜਰੀਵਾਲ ਇਜ਼ ਅ ਗੁੱਡ ਲੀਡਰ ਉਹਨਾਂ ਦਾ ਮੈਂ ਇੱਕ ਸੁਣਿਆ ਸੀਗਾ ਬਿਆਨ ਵੀ ਮੈਨੂੰ ਬਹੁਤ ਅੱਛੀ ਗੱਲ ਲੱਗੀ ਉਹਨਾਂ ਦੀ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਆਉਣ ਵਾਲਾ ਸਮਾਜ ਵਧੀਆ ਬਣੇ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਪੋਲੀਟੀਸ਼ੀਅਨ ਬਣਨਾ ਪੈਣਾ ਪੋਲੀਟਿਕਸ 'ਚ ਐਂਟਰ ਹੋਣਾ ਪੈਣਾ ਰਾਈਟ ਜੇ ਤੁਸੀਂ ਪੋਲੀਟਿਕਸ 'ਚ ਐਂਟਰ ਹੋਵੋਗੇ ਤਾਂ ਤੁਹਾਨੂੰ ਗਲਤ ਸਹੀ ਦੀ ਸਮਝ ਆਊਗੀ ਤਾਂ ਹੀ ਤੁਹਾਨੂੰ ਹਾਂ ਨਾ ਦੀ ਸਮਝ ਆਊਗੀ ਵੀ ਤੁਹਾਡੇ ਲਈ ਕੀ ਸਹੀ ਹੈ ਕੀ ਗਲਤ ਹੈ ਜੇ ਤੁਹਾਨੂੰ ਆਹ ਹੀ ਨੀ ਪਤਾ ਵੀ ਤੁਹਾਡੇ ਲਈ ਕੀ ਸਹੀ ਹੈ ਕੀ ਗਲਤ ਹੈ ਹਨਾ ਰਾਈਟ ਗੁਰਜੋ ਤੇ ਇਹ ਸੱਚ ਹੈ ਜੀ ਮੈਂ ਸੇਮ ਚੀਜ਼ ਕੱਲ ਪਰਸੋਂ ਹੀ ਸੁਣ ਰਹੀ ਸੀ ਇੱਕ ਲੇਡੀ ਬਹੁਤ ਹੀ ਬਜ਼ੁਰਗ ਲੇਡੀ ਸੀਗੇ ਤੇ ਉਹ ਇਹੀ ਬੋਲ ਰਹੇ ਸੀ ਕਹਿੰਦੇ ਵੀ ਅੱਜ ਤੱਕ ਇਹੀ ਕਿਹਾ ਜਾਂਦਾ ਵੀ ਭਗਤ ਸਿੰਘ ਤਾਂ ਪੈਦਾ ਹੋ ਜਾਵੇ ਪਰ ਸਾਡੇ ਘਰੇ ਨਾ ਹੋਵੇ ਪਰ ਹੁਣ ਆਹ ਵਾਲੀ ਪ੍ਰੋਟੈਸਟ ਦੇਖ ਕੇ ਲੱਗਦਾ ਵੀ ਘਰ ਘਰ ਚ ਭਗਤ ਸਿੰਘ ਪੈਦਾ ਸਾਡੇ ਘਰੇ ਨਾ ਹੋਵੇ ਸਾਡੇ ਘਰੇ ਨਾ ਹੋਵੇ ਪਰ ਹੁਣ ਜੋ ਹਾਲਾਤ ਬਣ ਗਏ ਮੈਨੂੰ ਏਦਾਂ ਲੱਗਦਾ ਵੀ ਇੱਕ ਇੱਕ ਬੰਦੇ ਨੂੰ ਘਰੇ ਬੈਠੇ ਆਏ ਤਿਆਰੀ ਰੱਖਣੀ ਚਾਹੀਦੀ ਹੈ ਵੀ ਸਾਨੂੰ ਵੀ ਕਦੇ ਵੀ ਉੱਥੇ ਬਾਰਡਰ ਤੇ ਜਾ ਕੇ ਕਿਤੇ ਵੀ ਕਿਸੇ ਵੀ ਚੀਜ਼ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਭਗਤ ਸਿੰਘ ਬਣਨ ਲਈ ਕੋਈ ਫੈਕਟਰੀ ਨਹੀਂ ਲਾਈ ਜਾਂਦੀ ਉਹ ਤੁਹਾਨੂੰ ਹਾਲਾਤ ਬਣਾਉਂਦੇ ਆ ਹਾਲਾਤ ਬਣਾਉਂਦੇ ਆ ਤੇ ਤੁਹਾਨੂੰ ਤੁਹਾਡੇ ਘਰੋਂ ਲੈਸਨ ਦਿੱਤੇ ਹੋਏ ਉਹੀ ਕੰਮ ਆਉਂਦੇ ਨੇ ਆਪਾਂ ਨੂੰ ਘਰੋਂ ਵੀ ਆਪਣੀ ਕਿਡਸ ਨੂੰ ਆਪਣੇ ਕਿਡਸ ਨੂੰ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਨੇ ਵੀ ਤੁਸੀਂ ਤੁਹਾਡੇ ਲਈ ਕੀ ਸਹੀ ਹੈ ਕੀ ਗਲਤ ਹੈ ਰੈਦਰ ਦੈਨ ਟਾਕਿੰਗ ਅਬਾਊਟ ਰਿਲੀਜਨ ਔਰ ਐਨੀਥਿੰਗ ਜਾਂ ਤੁਸੀਂ ਕਈ ਹੁੰਦੇ ਨੇ ਨਾ ਕੱਟੜਵਾਦ ਵੀ ਤੁਸੀਂ ਤੁਹਾਡੇ ਲਈ ਜਿਹੜੀ ਚੀਜ਼ ਸਹੀ ਹੈ ਸਿਰਫ ਤੁਸੀਂ ਉਹੀ ਕਰ ਸਕਦੇ ਹੋ ਤੁਹਾਡੇ ਰਿਲੀਜਨ ਦੇ ਵਿੱਚ ਬਟ ਰਿਲੀਜਨ ਤਾਂ ਹੋਰ ਬਹੁਤ ਅੱਛੀਆਂ ਚੀਜ਼ਾਂ ਵੀ ਸਿਖਾਉਂਦਾ ਉਹ ਚੀਜ਼ਾਂ ਨਹੀਂ ਦੱਸਣੀਆਂ ਕੱਟੜਵਾਦ ਤਾਂ ਦੱਸਣੀ ਹੈ ਬਿਲਕੁਲ ਆਈ ਥਿੰਕ ਬੇਸਿਕਲੀ ਜੇ ਅਸੀਂ ਕਿਸੇ ਵੀ ਚੀਜ਼ ਨੂੰ ਇੰਡੀਵਿਜੁਅਲੀ ਔਰ ਆਬਜੈਕਟਿਵਲੀ ਲਈਏ ਸਿਰਫ ਕਿਸੇ ਚੀਜ਼ ਨਾਲ ਜਾਂ ਹਿਸਟਰੀ ਨਾਲ ਜਾਂ ਈਵਨ ਫਿਊਚਰ ਨਾਲ ਕਿਸੇ ਨਾਲ ਕਨੈਕਟ ਕਰੇ ਬਿਨਾਂ ਉਹਨੂੰ ਇੱਕ ਆਬਜੈਕਟਿਵ ਵੀ ਉਹਨਾਂ ਦੇਖੀਏ ਵੀ ਅੱਜ ਸਾਡੇ ਹੱਥ 'ਚ ਆ ਹੈ
ਤੇ ਅਸੀਂ ਇਹਨੂੰ ਇਸ ਤਰੀਕੇ ਨਾਲ ਡੀਲ ਕਰ ਰਹੇ ਹਾਂ ਔਰ ਇਹਨੂੰ ਏਦਾਂ ਅਸੀਂ ਰਿਜ਼ੋਲਵ ਕਰਾਂਗੇ ਉਹਦੇ ਪਹਿਲੇ ਹੀ ਪੈਰਾਮੀਟਰਸ ਖੁਦ ਹੀ ਬਣਾਈਏ ਤਾਂ ਅੱਜ ਤੋਂ ਬਾਅਦ ਗੱਲ ਆਪਾਂ ਵੀ ਖੈਰ ਆਪਣੀਆਂ ਗਲਤੀਆਂ ਤੋਂ ਬਹੁਤ ਸਿੱਖੇ ਆਈ ਥਿੰਕ ਵੀ ਆਲ ਹੈਵ ਲਰਨਡ ਅੱਜ ਤੱਕ ਹੋਇਆ ਆਪਣੇ ਨਾਲ ਔਰ ਅੱਜ ਜੋ ਪ੍ਰੋਟੈਸਟ ਹੋਇਆ ਉਹ ਆਪਣੀ ਗਲਤੀ ਦੀ ਆਦਤ ਹੋ ਗਈ ਸੀ ਕਿ ਅਸੀਂ ਸ਼ਾਇਦ ਆਪਣੇ ਆਪ ਨੂੰ ਇਨਫੋਰਮਡ ਸਿਟੀਜ਼ਨਸ ਇੱਕ ਏਦਾਂ ਦੀ ਸਰਕਾਰ ਕਿਤੇ ਨਾ ਕਿਤੇ ਇਲੈਕਟ ਕਰਕੇ ਬੈਠ ਗਏ ਹਾਂ ਜਿਹਨੇ ਅੱਜ ਸਾਡੇ ਉੱਤੇ ਇਸ ਤਰੀਕੇ ਨਾਲ ਹਾਵੀ ਕਰਤਾ ਕਿ ਅਸੀਂ ਸੜਕਾਂ ਤੇ ਆ ਗਏ ਸੋ ਪਹਿਲੀ ਅਸੀਂ ਆਪਣੀ ਐਕਸੈਪਟ ਕਰਦੇ ਹਾਂ ਬਟ ਸੈਕਿੰਡ ਹੁਣ ਅਸੀਂ ਉਹ ਗਲਤੀ ਕਦੇ ਹੋਣ ਨਾ ਦੇਈਏ ਫਿਊਚਰ ਨੂੰ ਵੀ ਗਾਈਡ ਕਰਨਾ ਜ਼ਰੂਰੀ ਬਣਦਾ ਸੋ ਗੋਇੰਗ ਫੋਰਵਰਡ ਵਿਦ ਦਿਸ ਅਮਰਿੰਦਰ ਜੀ ਨੇ ਕੱਲ ਇੱਕ ਜ਼ਰੂਰ ਰਿਕੁਐਸਟ ਕੀਤੀ ਸੀਗੀ ਕਿ ਸਾਰਿਆਂ ਨੂੰ ਮੋਟੀਵੇਟ ਜ਼ਰੂਰ ਕੀਤਾ ਜਾਵੇ ਸੋ ਆਈ ਵੁੱਡ ਲਾਈਕ ਟੂ ਨੋ ਗੁਰਜੋਤ ਐਂਡ ਐਵਰੀ ਵਨ ਹੂ ਇਜ਼ ਹੇਅਰ ਕਿ ਹਾਓ ਵਟ ਇਜ਼ ਦ ਲੈਵਲ ਆਫ ਮੋਟੀਵੇਸ਼ਨ ਜਿਵੇਂ ਕੋਈ ਏਦਾਂ ਦੀ ਨੈਗੇਟਿਵਿਟੀ ਤਾਂ ਨਹੀਂ ਹੈ ਕਿ ਨਹੀਂ ਬਹੁਤ ਡਰ ਲੱਗਦਾ ਹੈ ਬਾਰਡਰ ਤੇ ਜਾਣਾ ਨਹੀਂ ਹੈਗਾ ਮੰਮਾ ਨੇ ਮਨਾ ਕਰਤਾ ਜਾਂ ਕੁਛ ਏਦਾਂ ਦਾ ਇਹ ਚੀਜ਼ਾਂ ਨਾ ਪਤਾ ਆਪਾਂ ਨੇ ਆਪਣੀ ਨੋਰਮਲ ਫੈਮਿਲੀ ਮੇਰੇ ਮਦਰ ਦਾ ਅੱਜ ਆਸਟ੍ਰੇਲੀਆ ਤੋਂ ਫੋਨ ਆਇਆ ਮੈਨੂੰ ਸ਼ੀ ਵਾਜ਼ ਸੇਇੰਗ ਵੀ ਤੂੰ ਜਾ ਰਿਹਾ ਮੈਂ ਕਿਹਾ ਹਾਂਜੀ ਜਾ ਰਿਹਾ ਐਂਡ ਸ਼ੀ ਵਾਜ਼ ਵਰੀਡ ਸੀਰੀਅਸਲੀ ਮੈਂ ਵੀ ਹੈਰਾਨ ਸੀਗਾ ਮੰਮੀ ਕਹਿੰਦੇ ਮੈਨੂੰ ਵੀ ਕੀ ਦੇਖ ਕੇ ਜਾਈ ਵੀ ਜੇ ਕੁਛ ਹੋ ਗਿਆ ਉੱਥੇ ਗੋਲੀ ਗੋਲੀ ਚੱਲ ਗਈ ਮੈਂ ਕਿਹਾ ਮੰਮਾ ਨੋ ਪ੍ਰੋਬਲਮ ਜਿੱਥੇ ਮੈਂ ਜਾ ਰਿਹਾ ਉੱਥੇ ਬਹੁਤ ਲੋਕ ਨੇ ਏਦਾਂ ਸਰਕਾਰਾਂ ਗੋਲੀਆਂ ਨਹੀਂ ਚਲਾ ਸਕਦੀਆਂ ਦੇਖੋ ਇਹਦੇ ਵਿੱਚ ਕਹਿ ਘਰਦਿਆਂ ਨੂੰ ਵੱਡਿਆਂ ਨੂੰ ਟੈਨਸ਼ਨ ਤਾਂ ਹੋਏਗੀ ਹਨਾ ਬਟ ਤੁਸੀਂ ਉਹਨਾਂ ਨੂੰ ਕਿੱਦਾਂ ਸਮਝਾ ਸਕਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉੱਥੇ ਇਹ ਚੀਜ਼ ਹੋ ਹੀ ਨਹੀਂ ਸਕਦੀ ਪੁਲਿਸ ਇਹੋ ਜਿਹੀ ਚੀਜ਼ਾਂ ਕਰ ਹੀ ਨਹੀਂ ਸਕਦੀ ਕਿਉਂਕਿ ਇਹ ਪ੍ਰੋਟੈਸਟ ਕੋਈ ਆਮ ਪ੍ਰੋਟੈਸਟ ਦਾ ਰਿਹਾ ਨਹੀਂ ਕੋਈ ਛੋਟਾ ਜਿਹਾ ਪ੍ਰੋਟੈਸਟ ਦਾ ਰਿਹਾ ਨਹੀਂ ਵੀ 200-400 ਬੰਦਾ ਬੈਠਾ ਉੱਥੇ ਇੰਨੀ ਲੱਖਾਂ ਦਾ ਇਕੱਠ ਹੈ ਟਰੈਕਟਰ 10 ਲੱਖ ਟਰੈਕਟਰ ਹੈ ਪੂਰੇ ਦੁਨੀਆਂ ਦੀ ਨਜ਼ਰ ਆ ਉੱਥੇ ਉੱਥੇ ਕੁਛ ਵੀ ਏਦਾਂ ਦਾ ਨਹੀਂ ਹੋ ਸਕਦਾ ਵੀ ਤੁਹਾਨੂੰ ਪੁਲਿਸ ਦਿਖਾ ਗਲਤ ਕੋਈ ਗੋਲੀ ਚੱਲ ਜਾਵੇ ਕੁਛ ਸੈਂਟਰ ਗਵਰਨਮੈਂਟ ਵੀ ਕੁਛ ਨਹੀਂ ਕਰ ਸਕਦੀ ਇਹ ਬਹੁਤ ਗੁੱਡ ਪ੍ਰੋਟੈਸਟ ਹੈ ਤੇ ਡਰਨ ਦੀ ਬਿਲਕੁਲ ਕੋਈ ਲੋੜ ਨਹੀਂ ਐਵਰੀਵਨ ਸ਼ੁੱਡ ਗੋ ਮੈਂ ਤਾਂ ਮੈਂ ਆਪਣੀ ਫੈਮਿਲੀ ਨੂੰ ਵੀ ਲੈ ਕੇ ਚੱਲਿਆ ਮੈਂ ਮੈਨੂੰ ਜੇ ਡਰ ਹੁੰਦਾ ਮੈਂ ਕਿਉਂ ਫੈਮਿਲੀ ਨੂੰ ਲੈ ਕੇ ਜਾਂਦਾ ਰਾਈਟ Very well said. I think Gujot has a daughter. Oh, yes, and she is with me right now. She is in car. So Gujot has a daughter and his wife. They are going to the protest. So agar Gujot apne, as a responsible father, apne daughter nu naal leke ja sakde hai, I'm sure we all can make arrangements and go there. Then kuch nahi hega. All we need to follow is the discipline. And the, of course, the obedience. It's very important that we obey our mentors, which we give some directions, which maybe we don't have any point. So we should crush that for the time being and follow it as in for a united cause and make it. Excuse me, Madam Trishan Jeet, who is mother of Simran, ਉਹਨਾਂ ਨਾਲ ਫਿਊ ਡੇਜ਼ ਅਗੋ ਆਈ ਵਾਸ ਟਾਕਿੰਗ ਵਿਦ ਹਰ ਸ਼ੀ ਸੈਡ ਕੇ ਗੁਲਜ਼ਾਰ ਹੈਵ ਯੂ ਬੀਨ ਟੂ ਡੈਲੀ ਮੈਂ ਕਿਹਾ ਯੈਸ ਮੈਡਮ ਆਈ ਹੈਵ ਬੀਨ ਟੂ ਡੈਲੀ ਫੋਰ 2 ਡੇਜ਼ ਦੈਨ ਸੀ ਸ਼ਟਰਲੀ ਆਸਕ ਏ ਕੁਐਸਚਨ ਵੈਦਰ ਯੂ ਵਰ ਅਕੰਪਨਡ ਬਾਈ ਯੂਰ ਡਾਟਰ ਗੁੰਜਨ ਮੈਂ ਕਿਹਾ ਨੋ ਮੈਡਮ ਦੈਨ ਸ਼ੀ ਵਾਸ ਲਿਟਲ ਬਿਟ ਅਨੋਇਡ ਐਂਡ ਆਈ ਪ੍ਰੋਮਿਸਡ ਮੈਡਮ ਵੈਰੀ ਸੂਨ ਆਈ ਵਿਲ ਬੀ ਡੈਲੀ ਵਿਦ ਮਾਈ ਡਾਟਰ ਦੈਨ ਸੀ ਸਟਨਲੀ ਹੈਪੀ ਓਕੇ ਗਿਵ ਮੀ ਸੈਂਡ ਮੀ ਫੋਟੋਗ੍ਰਾਫ ਵੈਨ ਐਵਰ ਯੂ ਰੀਚ ਦੇ ਥੈਂਕ ਯੂ Wonderful, sir. So, quickly compiling the first point. Anna Hazare ji da ek protest hoya siga. Ode vichon ek party nikal ke aayi sigi. Apni Arvind Kejriwal ji, Aam Aadmi Party nikal ke aayi sigi. Kithe na kithe is protest jo vi apan nu kuch nikal ke aunda nazar aa rahe hai. So, what do you guys intuitively feel ke ede vichon ki nikal ke aauga? Chalo, ik ta assi result, ik ta pakka hi saada ki assi rad karaune hain. Second, future li sade li is protest jo ki nikal ke aauga ki lagda tonu anybody wants to bilkul bilkul main dasda hai ede vich tusi dekho eh jehda protest hai eh protest kalla apna bill radd karaun da nahi ga ede vich hun apa jehdi ਪਿੱਛੇ ਸਿਮਰਨ ਜੀ ਨੇ ਗੱਲ ਕਰੀ ਸੀਗੀ ਵੀ ਆਪਣੀਆਂ ਗਲਤੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ ਕਿ ਆਪਾਂ ਗਲਤ ਸਰਕਾਰ ਚੁਣਦੀ ਹੈ ਨਾ ਤੇ ਜਿਹੜੀ ਹੁਣ ਸਾਡੇ ਤੇ ਹਾਵੀ ਹੋ ਰਹੀ ਹੈ ਇਹਦੇ ਵਿੱਚ ਹੁਣ ਕੀ ਹੈ ਜੇ ਹੋਰ ਵੀ ਪੰਜਾਬ ਦੇ ਜਿੰਨੇ ਮਸਲੇ ਨੇ ਉਹ ਇਕੱਲੇ ਇਹਦੇ ਨਾਲ ਤਾਂ ਰੱਦ ਨਹੀਂ ਹੋਣੇ ਜਾਂ ਇਹਦੇ ਨਾਲ ਸੋਲਵ ਨਹੀਂ ਹੋਣੇ ਹੁਣ ਹਰੇਕ ਚੀਜ਼ ਦੇ ਵਿੱਚੋਂ ਜਿਵੇਂ ਤੁਸੀਂ ਕਿਹਾ ਵੀ ਅੰਨਾ ਹਜ਼ਾਰੇ ਦੇ ਉਹਦੇ ਪ੍ਰੋਟੈਸਟ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ ਸੀ ਇਹਦੇ ਵਿੱਚ ਵੀ ਇਹੋ ਜਿਹੇ ਲੀਡਰਸ ਬੈਠੇ ਨੇ ਜਿਹੜੇ ਅੱਗੇ ਆ ਕੇ ਪਾਰਟੀ ਬਣਾਉਣਗੇ ਤੇ ਉਹ ਕਾਮਯਾਬੀ ਹੋਊਗੀ ਰੀਜ਼ਨ ਇਹੀ ਹੈ ਕਿ ਸਾਰਾ ਯੂਥ ਇਸ ਟਾਈਮ ਨਾਲ ਹੈ ਪੰਜਾਬ ਦਾ ਸਾਰੇ ਬਜ਼ੁਰਗ ਨਾਲ ਨੇ ਜੇ ਇੱਥੋਂ ਪਾਰਟੀ ਨਾ ਨਿਕਲੀ ਫਿਰ ਪੰਜਾਬ ਦਾ ਕੁਛ ਨਹੀਂ ਬਣ ਸਕਦਾ ਇਹ ਮੇਰਾ ਸਹੀ ਵਿਚਾਰ ਦੱਸਾਂ ਤਾਂ ਕਿਉਂਕਿ ਸਾਨੂੰ ਹੁਣ ਇੱਕ
ਬਦਲ ਦੀ ਲੋੜ ਹੈ ਪੰਜਾਬ ਨੂੰ ਤੇ ਵਧੀਆ ਬਦਲ ਦੀ ਲੋੜ ਹੈ ਤੇ ਉਹ ਬਦਲ ਜੇ ਪੈਦਾ ਹੋ ਸਕਦਾ ਹੈ ਅੱਜ ਦੇ ਟਾਈਮ ਚ ਉਹ ਦਿੱਲੀ ਪ੍ਰੋਟੈਸਟ ਤੋਂ ਪੈਦਾ ਹੋ ਸਕਦਾ ਹੈ ਜੇ ਇੱਥੇ ਮਤਭੇਦ ਜ਼ਰੂਰ ਹੈਗੇ ਨੇ ਲੋਕਾਂ ਦੇ ਵੀ ਕੋਈ ਕਿਸੇ ਤੋਂ ਅਗਰੀ ਨਹੀਂ ਕਰਦਾ ਕਿ ਜਿਵੇਂ ਯੂਥ ਲੀਡਰਸ ਨੇ ਆ ਆਪਣੇ ਦੂਸਰੇ ਨੇ ਜਥੇਬੰਦੀਆਂ ਨੇ ਉਹ ਆਪਸ ਚ ਐਗਰੀ ਨਹੀਂ ਕਰਦੀਆਂ ਬਟ ਫੋਰ ਅ ਟਾਈਮ ਬੀਇੰਗ ਨਹੀਂ ਕਰਦੀਆਂ ਨੋ ਪ੍ਰੋਬਲਮ ਜਦੋਂ ਆਪਾਂ ਇਹ ਪ੍ਰੋਟੈਸਟ ਜਿੱਤ ਲਿਆ ਉਸ ਤੋਂ ਬਾਅਦ ਉਹ ਚੀਜ਼ਾਂ ਨੂੰ ਆਪਾਂ ਹੈਂਡਲ ਕਰਕੇ ਇਹਦੇ ਵਿੱਚੋਂ ਪਾਰਟੀ ਮੈਨੂੰ ਐ ਲੱਗਦਾ ਵੀ ਇੱਕ ਪਾਰਟੀ ਨਹੀਂ ਇਹਦੇ ਵਿੱਚੋਂ ਦੋ ਤਿੰਨ ਪਾਰਟੀਜ਼ ਨਿਕਲਣਗੀਆਂ ਹੁਣ ਤੇ ਉਹ ਫਿਰ ਵੀ ਉਹ ਆਪਣੇ ਪੰਜਾਬੀਆਂ ਲਈ ਡਿਫੀਕਲਟ ਹੋ ਜਾਣਾ ਥੋੜਾ ਜਿਹਾ ਉਹਨੂੰ ਦੇਖਣਾ ਤੇ ਸਮਝਣਾ ਬਟ ਉਹਦੇ ਵਿੱਚ ਕੀ ਆ ਆਪਾਂ ਨੂੰ ਫੇਰ ਅਕਲ ਤੋਂ ਕੰਮ ਲੈਣਾ ਪੈਣਾ ਆਪਾਂ ਪਾਰਟੀ ਜ਼ਰੂਰ ਨਿਕਲਣਗੀਆਂ ਪਰ ਆਪਾਂ ਨੂੰ ਫੇਰ ਸਹੀ ਗਲਤ ਦੀ ਪਹਿਚਾਣ ਕਰਨੀ ਪੈਣੀ ਆ ਕਿਉਂਕਿ ਇਹ ਪ੍ਰੋਟੈਸਟ ਆਪਣੇ ਲੋਕਾਂ ਕਰਕੇ ਕਾਮਯਾਬ ਹੋ ਰਿਹਾ ਲੋਕਾਂ ਦੇ ਡਰ ਤੋਂ ਕਾਮਯਾਬ ਹੋ ਰਿਹਾ ਜੇ ਇੱਥੇ ਕੋਈ ਬੈਕ ਆਉਂਦਾ ਹੈ ਤਾਂ ਉਹਨਾਂ ਨੂੰ ਪਤਾ ਵੀ ਲੋਕ ਬੈਕ ਨਹੀਂ ਆਉਣ ਦੇਣਗੇ ਰਾਈਟ ਬਟ ਜੇ ਪਾਰਟੀ ਦੀ ਗੱਲ ਆਉਂਦੀ ਹੈ ਹਰੇਕ ਬੰਦਾ ਕਹਿੰਦਾ ਵੀ ਮੈਂ ਲੀਡਰ ਹੈ ਉੱਥੇ ਆ ਕੇ ਇੱਕ ਪ੍ਰੋਬਲਮ ਜ਼ਰੂਰ ਕ੍ਰੀਏਟ ਹੋ ਸਕਦੀ ਹੈ ਵੀ ਆਪਾਂ ਨੂੰ ਉੱਥੋਂ ਅਕਲਮੰਦੀ ਨਾਲ ਕੰਮ ਲੈਣਾ ਪੈਣਾ ਪਾਰਟੀਜ਼ ਬਹੁਤ ਨਿਕਲਣਗੀਆਂ ਬਟ ਕਿਹਨੂੰ ਆਪਾਂ ਚੁਣਨਾ ਤੇ ਕਿਹਨੂੰ ਆਪਾਂ ਅੱਗੇ ਲੈ ਕੇ ਜਾਣਾ ਉਹ ਆਪਣੇ ਹੱਥ 'ਚ ਪਏਗਾ I think at this point we can have comments from Sandeep sir because he has closely seen the movement of India against corruption, Anna Hazare movement, creation of Aam Aadmi Party. He's known the leaders who've been at the, you know, ever since the birth of the Aam Aadmi Party. So I think he can tell us more about whether when after a movement and after a movement of such a large volume, when a political party is created or multiple political parties are likely to be created, let's assume, is it beneficial? Does it whittle down the process? Does it whittle down the core aim jithon movement shuru hundi hai ki it is a promise that jo demands us time te sigiyan oh dobara matlab a situation na aaye. So we can have comments from Sandeep ji. Thank you Simran and thank you Prabnor ji for having taken over the role of moderator from being a speaker. It's really nice to see you in this role. Thank you. It's lovely to have you guys, have me and have you all together. Thank you for really pushing us. Yeah. And I'm really thankful to all of you, who have been running this. And it is such an, if nothing, it is at least providing us more motivation and inspiration to be part of this struggle. Right. So, dekhiye, jo Aam Aadmi Party wala jo tha mamla, अरविंद केजरीवाल मेरे बहुत अच्छे दोस्त हुआ करते थे और मैं भी एक पॉलिटिकल पार्टी में हूँ सोशलिस्ट पार्टी इंडिया लेकिन मेरे थोड़े से उनसे फर्क विचार थे इंडिया अगेंस्ट करप्शन में मैं था उनके साथ मैं वहाँ दो बार गया जब वो मूवमेंट चल रहा था जिस दिन अन्ना हजारे पहली बार बैठे अनशन पे मैं वहाँ पे मौजूद था लेकिन जो उसमें अचानक बहुत पैसा आ गया था पता नहीं कहाँ से और जो मीडिया उसको हाईलाइट कर रहा था देखिए कितना फर्क है मतलब उस आंदोलन का पहले दिन से 24 आवर कवरेज हो रहा था ये मिस्ट्री मुझे आज तक समझ में नहीं आई अगर उस तरह का कवरेज किसान आंदोलन को मिला होता तो मुझे लगता है कि ये तो देश में सब जगह किसान बैठ गए होते धरनों पे लेकिन वो खबर नहीं आने दे रहे हैं लखनऊ में कल मैं आपको बताऊं कि तीन जगहों पे प्रोटेस्ट हुए क्योंकि कल नेशनल कॉल थी कि जो स्टेट के गवर्नर हैं उनको घेरा जाए क्योंकि वो सेंट्रल गवर्नमेंट के रिप्रेजेंटेटिव हैं और उनको जो है कुछ मेमोरेंडम वगैरह दिया जाए तो लखनऊ में तीन दिशाओं से किसान तीन भारतीय किसान यूनियन की अलग अलग जो यूनिट्स हैं उनको लेके प्रोटेस्ट कर रहे थे और एक एक जगह मुझे जो सज्जन है सरदार जी हैं देवेंद्र सिंह जी वो वहां पे मौजूद थे और वो बता रहे हैं कि कम से कम 10,000 लोग थे और न्यूज़पेपर हिंदुस्तान टाइम्स लिख रहा है कि 1,000 लोग तो ये जो न्यूज जो मीडिया का रोल है किसान आंदोलन को डाउनप्ले करने का या उसका ठीक से कवरेज नहीं करने का ये बहुत हमें साफ नजर आ रहा है कि किस तरह से अन्ना हजारे के समय में उसका रोल दूसरा था तो इसमें कहीं ना कहीं ये कंस्पिरेसी भी नजर आती है कि मनमोहन सिंह की सरकार को गिराने के लिए सब लोग लग गए हैं
और मोदी की सरकार और मोदी की सरकार को बचाने के लिए लोग लगे हुए, तो ये जबकि सबको मालूम है कि ये सरकार अब तो बहुत, इस आंदोलन की मुझे लगता है दो उपलब्धियां हैं, एक तो ये है कि सबको एमएसपी क्या होता है ये सबको समझ में आ गया, उत्तर प्रदेश में उत्तर प्रदेश का किसान एमएसपी नहीं जानता था क्योंकि उसको एमएसपी कभी मिलती नहीं थी, उसने एमएसपी का नाम भी नहीं सुना था, लेकिन एमएसपी क्या होता है ये सबको समझ में आ गया। और जो दूसरी बात हुई है ये सबको समझ में आ गया कि देखिए ये देश जो है जा रहा है अडानी अंबानी के हाथ में, और अगर हमने इसको रोका नहीं तो ये लोकतंत्र खत्म हो जाएगा। ये बात सबको समझ में आ गई कि सरकार जनता के लिए काम नहीं कर रही है, वो अडानी अंबानी के लिए काम कर रही है। इसके पहले की भी सरकारें कैपिटलिस्ट के लिए काम करती रही हैं, मनमोहन सिंह की आप देखें तो जो इकोनॉमिक, बल्कि ये जो इकोनॉमिक पॉलिसीज आई हैं प्राइवेटाइजेशन लिबरलाइजेशन और ग्लोबलाइजेशन, इसको लाने वाले मनमोहन सिंह हैं, लेकिन कम से कम उनकी जब सरकार थी तो कुछ प्रो पीपल काम भी होता था, जैसे राइट टू इंफॉर्मेशन एक्ट आया, मनरेगा आया, रूरल एम्प्लॉयमेंट गारंटी एक्ट आया, फॉरेस्ट राइट्स एक्ट आया, जो बहुत बड़ी, जो बहुत बड़ा कॉन्ट्रीब्यूशन है मनमोहन सिंह का। मुझे लगता है कि उतना बड़ा काम जो है वो जो उन्होंने किया वो मुझे नहीं दिखाई पड़ता कि और किसी सरकार ने किया हो, जिसने कि फॉरेस्ट के अंदर ट्राइबल्स को लैंड राइट्स दे दिए, और उन्होंने कहा था कि वो बार बार कहते थे कि भारत के लिए नक्सलिज्म जो है टेररिज्म से बड़ी समस्या है, और ये हमारे नेता बताते नहीं है, छत्तीसगढ़ के अंदर ऐसे इलाके हैं जो नक्सलाइट्स के कब्जे में हैं, जहां भारत सरकार का कोई सिक्योरिटी पर्सनल या कोई ऑफिसर नहीं जा सकता है। तो एक बार तो ये तैयारी हो रही थी कि उसको जो है बाकायदा, जैसे कि आप दुश्मन क्या हवाई जहाज भेज के बॉम्बार्डिंग करते हैं, उस तरह की कुछ तैयारी हो रही थी, एक बार भारत सरकार ने किया भी है नॉर्थ ईस्ट में ऐसा, लेकिन उन्होंने बहुत समझदारी से फॉरेस्ट राइट्स एक्ट लाया ताकि नक्सलिज्म की प्रॉब्लम को खत्म किया जा सके। तो बहुत सारे प्रो पीपल काम किए उन्होंने, उनके उनके सरकार में सोनिया गांधी की एक नेशनल एडवाइजरी काउंसिल थी जो सरकार को सलाह देती थी कि आप कैसे काम कीजिए, जिसमें अरुणा रॉय, हर्ष मंदर और इस तरह के बहुत सारे एक्टिविस्ट लोग थे, जॉन ड्रेस थे जो मुझे लगता है कि अमर्त्या सेन जैसे एक इंटरनेशनली रेनाउंड इकोनॉमिस्ट हैं, उनकी किताबें हैं अमर्त्या सेन के साथ, और हमारी सरकार ऐसे लोगों की मदद अब नहीं लेती है, पिछली सरकार लेती थी। और मुझे याद है कि राइट टू इंफॉर्मेशन एक्ट में मनमोहन सिंह सरकार ने कुछ चेंजेस कर दिए थे, और वो चेंजेस उस कानून को कमजोर करने के लिए थे, सरकार के पक्ष में थे, क्योंकि सरकार नहीं चाहती थी कि उसकी बहुत सारी जानकारी सार्वजनिक हो। तो मैं खुद अनशन पे बैठा था 7 दिन जंतर मंतर पे, और अन्ना हजारे अनशन पे बैठे थे 11 दिन अपने गांव में, और मुझे याद है कि पृथ्वीराज चौहान प्राइम मिनिस्टर ऑफिस से गए थे और बॉम्बे जाके वहां से फिर अन्ना हजारे के गांव जाके उन्होंने उनको समझाया कि सरकार जो चेंजेस करने जा रही थी उनको वापस ले रही है, इसलिए उनको अनशन खत्म कर देना चाहिए। यानी कि उस सरकार से बातचीत हो सकती थी, वो लोगों की बात सुनती थी। जयराम रमेश मुझे याद है पूरे देश में घूम घूम के, उन्होंने बीटी ब्रिंजल जब इंट्रोड्यूस करने की बात थी तो उन्होंने घूम घूम के कंसल्टेशंस किए, और उनके ऊपर भी कॉरपोरेट प्रेशर रहा होगा, लेकिन उन्होंने कहा कि नहीं, देश की जनता बीटी ब्रिंजल नहीं चाहती है, बीटी ब्रिंजल, और इसलिए उन्होंने वो उसको इंट्रोड्यूस नहीं किया। तो ये दोनों सरकारों के चरित्र का अंतर साफ नजर आ रहा है। अब जो बात रही कि आंदोलन से पॉलिटिकल पार्टी निकली आम आदमी पार्टी, मैं तो कहूंगा कि बाकी पार्टियों से तो बेहतर ही है, कम से कम वो बीजेपी का मुकाबला करती है दिल्ली में मजबूती के साथ। लेकिन दूसरी तरफ ये भी है कि जिस एजेंडे पे अरविंद केजरीवाल आए थे, एंटी करप्शन, वो तो अब उनका उनका प्राइमरी एजेंडा नहीं रहा, और वो भी उसी तरह से, देखिए उन्होंने राज्यसभा में 2 ऐसे मेंबर बना दिए हैं जिनका कोई पॉलिटिकल बैकग्राउंड नहीं है, वो बिजनेसमैन, तो वो भी ये साफ दिख रहा है कि उसी तरह की पॉलिटिक्स करने लगे हैं कि आप पैसे वालों को लाइए पार्टी में और फिर बड़े पैसे से आप राजनीति कीजिए।
लेकिन उससे कुछ अच्छी बातें हुई, जैसे दिल्ली का एजुकेशन सिस्टम, हेल्थ केयर सिस्टम पहले से कुछ बेहतर हुआ। तो कोई भी नया पॉलिटिकल डेवलपमेंट उसका हमको स्वागत करना चाहिए। ये आंदोलन उस आंदोलन से फर्क है एक मायने में कि उसमें वो थोड़ा आर्टिफिशियल आंदोलन था, उसकी कमान उसका एक ही नेता था अरविंद केजरी, वो अन्ना हजारे, और उसको उसका पूरा मैनेजमेंट अरविंद केजरीवाल केजरीवाल के हाथ में था। उसकी अरविंद केजरीवाल की एक टीम थी और उसको वो प्रोफेशनली मैनेज कर रही थी, बाकायदा ये पब्लिसिटी एजेंसीज और इस तरह के लोगों को हायर करके। उसके उसके तुलना में ये वाला जो आंदोलन है ये सही मायने में आंदोलन है, क्योंकि इसमें कलेक्टिव लीडरशिप है और इसमें आम जनता सही अर्थों में अपना सब कुछ त्याग करने की दृष्टि से के इरादे से बैठी हुई है सड़क पे, जैसे कि आजादी के आंदोलन में हुआ था। उसमें तो बहुत सारे ऐसे लोग आए थे जो सिर्फ वहां मतलब एक हालांकि इस आंदोलन में भी एक सेलिब्रेशन जैसा माहौल है, फेस्टिवल जैसा माहौल है, आप जाइए तो लगता है बहुत बड़ा मेला लगा हुआ है, वैसा था उसमें, लेकिन उसमें इस प्रकार का कमिटमेंट नहीं दिखा जैसा कि इस आंदोलन में दिख रहा है। और अगर इस आंदोलन से भी कोई वैसे तो इसमें बहुत सारी पार्टियां हैं आप देखा जाए तो, अब आप अगर शाहजहांपुर बॉर्डर पे जाएं तो मावी जी बताएंगे कि वहां पे जो झंडे लगे हुए हैं वो AIKS के लगे हुए हैं, ऑल इंडिया किसान सभा, जो कम्युनिस्ट पार्टी की किसान विंग है। तो पार्टियां हैं पीछे से, लेकिन अगर कोई नई पॉलिटिकल पार्टी निकल के आती है तो बहुत अच्छा रहेगा, क्योंकि कोई भी नया डेवलपमेंट पॉलिटिक्स में होगा और खास करके एक मूवमेंट से निकल के आएगा तो निश्चित रूप से उसमें कुछ आदर्श होंगे, जैसे अरविंद केजरीवाल की पार्टी में थे और आज भी कुछ हैं। लेकिन दुर्भाग्य है कि जो मेन स्ट्रीम पॉलिटिक्स में जाएगा और जो पावर के नजदीक पहुंच जाएगा, तो जैसा कहा जाता है कि पावर करप्ट एन एब्सोल्यूट, पावर करप्ट एब्सोल्यूटली, वो बात सही हो जाती है। तो ये हम भी देख रहे हैं कि अरविंद केजरीवाल को भी कॉम्प्रोमाइजेस करने पड़े हैं। जैसे एक अगर मैं एग्जांपल लूं तो दिल्ली दंगे के बाद जो हुआ अभी पिछले साल, मुझे बहुत दुख हुआ कि अरविंद किसी भी विक्टिम से मिलने नहीं गए, सिर्फ इसलिए कि वो ये नहीं चाहते थे कि उनकी एक प्रो मुस्लिम इमेज जाए, जबकि मुझे लगता है कि इस तरह की ट्रेजिडी के समय आपको इन चीजों से ऊपर उठ के आपको जाना चाहिए। भाई आप हनुमान चालीसा का पाठ कर रहे हैं, ठीक है अपने हिंदू वोटर्स को रिझाने के लिए, लेकिन अगर कहीं कोई अगर दंगे में मारा जा रहा है, दंगे में किसी पे हमला हो रहा है, तो उसके साथ आपको सिंपैथी दिखाने के लिए जाना चाहिए था, जो अरविंद केजरीवाल नहीं गए। हमारे दोस्त संजय सिंह जरूर गए लेकिन अरविंद नहीं गए। कश्मीर के मुद्दे पे अरविंद केजरीवाल ने बीजेपी गवर्नमेंट का सपोर्ट किया, जबकि अरविंद केजरीवाल दिल्ली को आप चाहते हैं कि पूरे राज्य का दर्जा मिले, और कश्मीर के राज्य का दर्जा छीन के उसको यूनियन टेरिटरी बना दिया गया और अरविंद केजरीवाल ने उस सरकार के डिसीजन को सपोर्ट किया। तो ये जो कॉम्प्रोमाइजेस अरविंद को करने पड़ रहे हैं, ये देख के थोड़ा सा दुख होता है कि आप मेन स्ट्रीम पॉलिटिक्स में चले गए और अब आप कॉम्प्रोमाइजेस कर रहे हैं। लेकिन फिर भी मैं ये कहूंगा कि बाकी पार्टियों से अरविंद केजरीवाल की पार्टी बेहतर है, और कोई भी नया डेवलपमेंट हो तो उसका हम लोग बिल्कुल स्वागत करें। बहुत बहुत शुक्रिया। थैंक यू सुनील सर। आई थिंक आई वुड लाइक टू ऐड अनदर पॉइंट हियर। जैसे आपने बोला कि ये डेफिनेटली ये वाला जो हमारा स्ट्रगल चल रहा है इसमें ज्यादा कमिटमेंट है लोगों की, एंड पीपल आर जेन्युइनली कंसर्न टू टेक इट यू नो फर्दर। पर कहीं ना कहीं जैसे गुरजोत भी अभी बता रहे थे कि हमारी लड़ाई यहाँ पे एंड नहीं हो जाती है, even if we get through the farm bills and the objective that we hold for the protest, we still have a long way to go. kalu ede vichon koi party nikal ke aa jandi hai ta vi sanu check ode te vi rakhna pauga ki oh party is sangharsh chon nikal ke vi je bandi hai ya kuch vi banda, how much validated and how much commitment that party has. also I feel sandeep ji ki is bar शायद एक वोटर भी निकल के आए, एक इन्फॉर्म्ड वोटर बहुत टाइम से नहीं निकल पा रहा है इंडिया में से, वो निकल आने की मुझे काफी क्षमता लग रही है। बाकी यू गाइस टेल मी, आई वुड लाइक टू हियर फ्रॉम यू कि आप सारे इन्फॉर्म्ड हो गए। आप कल गल कर रहे थे कि चरखे बहुत टाइम आप गाने च निंदते ही रहे हैं गांधी जी नूं,
ਨਹੀਂ ਨਹੀਂ ਅਸੀਂ ਭਗਤ ਸਿੰਘ ਹੀ ਲੈ ਕੇ ਆਇਆ, ਊਧਮ ਸਿੰਘ ਹੀ ਲੈ ਕੇ ਆਇਆ, ਕਹਿੰਦੇ ਸੀ ਨਹੀਂ ਗਾਂਧੀ ਨੇ ਕੀ ਕੀਤਾ ਉਹਨੇ ਤਾਂ ਬਚਾਇਆ ਵੀ ਨਹੀਂ, ਬਟ ਨਾਓ ਆਈ ਫੀਲ ਵੀ ਹੈਵ ਕਮ ਟੂ ਅ ਪੁਆਇੰਟ ਵੇਅਰ ਸਾਨੂੰ ਮੱਤ ਆ ਗਈ ਹੈ ਵੀ ਨਹੀਂ ਅਸੀਂ ਸਮਝ ਸਕਦੇ ਹਾਂ. ਸੋ ਡੂ ਯੂ ਗਾਈਸ ਫੀਲ ਕਿ ਇੱਕ ਇਨਫੋਰਮਡ ਵੋਟਰ ਵੀ ਨਿਕਲ ਕੇ ਆ ਜਾਏਗਾ? ਵਾਟ ਡੂ ਯੂ ਗਾਈਸ ਥਿੰਕ? ਪ੍ਰਭਨੂਰ ਮੈਂ 2 ਮਿੰਟ ਲੈਣਾ ਇਸ ਟੌਪਿਕ ਤੇ. ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਪਾਂਡੇ ਜੀ ਦੀ ਇੱਕ ਗੱਲ ਨਾਲ ਸਹਿਮਤ ਹਾਂ ਕਿ ਇਸ ਅੰਦੋਲਨ ਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਪੋਜ਼ਿਟਿਵਿਟੀ ਹੈ ਉਹ ਇਹ ਹੈ ਕਿ ਦ ਵੋਟਰ ਇਜ਼ ਅਵੇਅਰ ਨਾਓ, ਤੇ ਚੀਜ਼ ਚੰਗੀ ਹੈ. ਪਰ ਸਾਡੀ ਅਨਫਾਰਚੂਨੇਟਲੀ ਦਿੱਕਤ ਕਿੱਥੇ ਆ ਰਹੀ ਹੈ? ਦਾ ਟਾਈਮਿੰਗ ਆਫ ਦਿਸ ਹੈਜ਼ੀਟੇਸ਼ਨ. ਜੇ ਕਿਤੇ ਇਹ ਹੈਜ਼ੀਟੇਸ਼ਨ 2023 ਦੇ ਵਿੱਚ ਹੁੰਦਾ ਨਾ ਤਾਂ ਹੁਣ ਤੱਕ ਫਾਰਮਰਸ ਵਿਲ ਬੀ ਐਟ ਹੋਮ, ਕਿਉਂਕਿ ਇਲੈਕਸ਼ਨ ਦੂਰ ਹੈ. ਸੋ ਇਸ ਕਾਰਨ ਇੱਕ ਤਾਂ ਸਾਨੂੰ ਬਹੁਤ ਵੱਡੀ ਦਿੱਕਤ ਆ ਰਹੀ ਹੈ. ਦੂਜੀ, ਪ੍ਰਭ ਨੂੰ ਤੁਸੀਂ ਗੱਲ ਕੀਤੀ ਸੀ ਕਿ ਵੀ ਆਰ ਦਾ ਕਲਪ੍ਰਿਟਸ ਹੂ ਇਲੈਕਟਡ ਸੱਚ ਫੁਲਿਸ਼ ਗਵਰਨਮੈਂਟ, ਪਰ ਉਸ ਸਿਲਸਿਲੇ ਦੇ ਵਿੱਚ ਐਟਲੀਸਟ ਵੀ ਦ ਪੀਪਲ ਆਫ ਪੰਜਾਬੀ ਵੀ ਆਰ ਸਟਿਲ ਲਿਟਲ ਬਿਟ ਡਿਫਰੈਂਟ, ਕਿਉਂਕਿ 2014 ਦੇ ਵਿੱਚ ਜਦੋਂ ਸਾਰੇ ਦੇਸ਼ ਦੇ ਵਿੱਚ ਮੋਦੀ ਵੇਵ ਚੱਲੀ ਤਾਂ ਨੋਟ ਈਵਨ ਏ ਸਿੰਗਲ ਮੈਂਬਰ ਪਾਰਲੀਮੈਂਟ ਆਫ ਬੀਜੇਪੀ ਬੋਰਨ ਫਰੋਮ ਪੰਜਾਬ. ਉਦੋਂ ਅਸੀਂ ਆਮ ਆਦਮੀ ਪਾਰਟੀ ਦੇ 4 MP ਜਿਤਾਏ. ਉਸ ਤੋਂ ਬਾਅਦ 2017 ਦੀ ਜਦੋਂ ਵਿਧਾਨ ਸਭਾ ਇਲੈਕਸ਼ਨ ਆਉਂਦੀ ਹੈ, 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਸੀ, ਸਿਰਫ ਇੱਕ ਪੰਜਾਬ ਇਹੋ ਜਿਹਾ ਸਟੇਟ ਸੀ ਜਿੱਥੇ ਨੋਨ ਬੀਜੇਪੀ ਗਵਰਨਮੈਂਟ ਬਣੀ. ਤੇ ਹੁਣ ਉਸੇ ਨੂੰ ਮੈਂ ਕੋਰੀਲੇਟ ਕਰਦਾ ਅੱਜ ਦੇ ਅੰਦੋਲਨ ਦੇ ਨਾਲ, ਜਿੱਥੇ ਸਾਰਾ ਦੇਸ਼ ਸਾਇਲੈਂਟ ਹੋ ਕੇ ਬੈਠਾ ਸੀ, 27 ਸਟੇਟਾਂ, ਇੱਕ ਸਾਡੀ ਹੀ ਸਟੇਟ ਸੀ ਜੋ ਉੱਠੀ ਸਾਡੇ ਨਾਲ. ਸਾਡੇ ਹਰਿਆਣੇ ਦੇ ਵੀਰ ਜੁੜੇ, ਯੂਪੀ ਦੇ ਵੀਰ ਜੁੜੇ, ਹੁਣ ਸਾਰਾ ਦੇਸ਼ ਜੁੜ ਰਿਹਾ. ਪਰ ਮੈਨੂੰ ਇਸ 'ਤੇ ਮਾਣ ਹੁੰਦਾ ਕਿ ਵੀ ਆਰ ਪੰਜਾਬੀ, ਕਿ ਅਸੀਂ ਜੋ ਇਤਿਹਾਸ ਸਾਡਾ ਪਹਿਲਾਂ ਰਿਹਾ ਉਸੇ ਚੀਜ਼ ਨੂੰ ਅਸੀਂ ਦੁਹਰਾਇਆ. ਨਾ ਅਸੀਂ 2014 'ਚ ਮੋਦੀ ਵੇਵ ਦੇ ਪਿੱਛੇ ਲੱਗੇ, ਨਾ 2017 'ਚ ਅਸੀਂ ਉਹ ਸਰਕਾਰ ਬਣਾਈ ਜਿਹੜੀ ਬੀਜੇਪੀ ਦੇ ਅਲਾਇੰਸ ਦੀ ਸਰਕਾਰ ਬਣਦੀ ਸੀਗੀ, ਨਾ ਅਸੀਂ ਆਉਣ ਵਾਲੇ ਟਾਈਮ 'ਚ ਬਣਾਵਾਂਗੇ. ਇਹਦੇ ਲਈ ਮੈਂ ਸ਼ੋਰ ਹਾਂ. ਥੈਂਕ ਯੂ. Thank you, Gulzar ji. I think that's correct. By us, I meant the whole of everybody. We take it as a common accountability. ਕਿ ਅਸੀਂ ਓਵਰਆਲ ਜਿਹੜੇ ਮੇਜੋਰਿਟੀ ਆਈ ਸੀਗੀ ਉਹ ਬੀਜੇਪੀ ਦੀ ਆਈ ਸੀ, ਆਪਣੇ ਭੈਣ ਭਰਾ ਅੱਗੇ ਹੋਰ ਸਟੇਟਸ 'ਚ ਜਿਹੜੇ ਉਹਨਾਂ ਨੂੰ ਸ਼ਾਇਦ ਸਪੋਰਟ ਕਰਦੇ ਰਹੇ ਬੇਬੀ ਉਹਦੇ ਕਰਕੇ. ਬਟ ਲਾਈਕ ਯੂ ਸੈਡ, ਵੀ ਆਲ ਹੈਵ ਕਮ ਟੂਗੈਦਰ. ਆਈ ਐਮ ਸ਼ੋਰ ਅਵਰ ਬ੍ਰਦਰਸ ਇਨ ਅਦਰ ਸਟੇਟਸ ਵਿਲ ਆਲਸੋ ਅੰਡਰਸਟੈਂਡ, ਸਿਸਟਰਸ, ਦੇ ਵਿਲ ਕਮ ਟੂਗੈਦਰ. ਐਂਡ ਹੁਣ ਤਾਂ ਯੂਥ ਹੀ ਬਹੁਤ ਜ਼ਿਆਦਾ ਅੱਗੇ ਆ ਗਿਆ. ਬਟ ਕਿਤੇ ਨਾ ਕਿਤੇ ਅੱਜ ਵੀ ਮੈਨੂੰ ਫੀਲ ਹੁੰਦਾ ਕਿ ਪੋਲੀਟਿਕਸ 'ਚ ਐਂਟਰ ਕਰਨਾ ਇੱਕ ਬਹੁਤ ਹੀ ਨੈਗੇਟਿਵ ਇਮੇਜ ਬਣੀ ਜਾਂਦੀ ਹੈ. ਜੇ ਕੋਈ ਕੁੜੀ, ਈਵਨ ਮੁੰਡਾ ਵੀ, ਅੱਛਾ ਤੂੰ ਪੋਲੀਟਿਕਸ ਜੁਆਇਨ ਕਰੇਂਗਾ, ਅੱਛਾ ਪੋਲੀਟਿਕਸ 'ਚ ਜਾਣਾ. Like if you are doing activism, if you are into social awareness, you are still considered somebody sacred, which I understand now with Sandeep ji telling me ki he's really enlightened me ki haan, once you know you get into a political party, you start making compromises to be in the system, which is fairly, you know, something which is happening. So how to make sure that you know we are cleaning up the mess, te assi politics ch enter karna ek positive ਸਟੈਪ ਵਾਂਗੂ ਲਈਏ, ਔਰ ਹਰ ਇੱਕ ਬੰਦਾ ਪੋਲੀਟੀਕਲੀ ਓਰੀਐਂਟਡ ਹੋਵੇ ਤੇ ਐਕਟੀਵੇਟ ਹੋਵੇ ਕਿ ਅਸੀਂ ਇਸ ਚੀਜ਼ ਨੂੰ ਆਪ ਚਾਰਜ ਲੈ ਕੇ ਠੀਕ ਕਰਨਾ. ਸੋ ਵਾਟ ਯੂ ਸੁਜੈਸਟ ਔਨ ਦੈਟ, ਹਾਊ ਟੂ ਯੂ ਨੋ ਅਨਲੀਸ਼ ਦਿਸ ਇਮੇਜ ਆਫ ਹੈਵਿੰਗ ਡਰਟੀ ਪੋਲੀਟਿਕਸ ਅਰਾਊਂਡ ਅਸ? ਐਨੀਬਡੀ ਪਲੀਜ਼, ਮੈਮ ਸੰਦੀਪ ਜੀ, ਇਫ ਯੂ ਵਾਂਟ ਟੂ ਡੂ ਟੇਕ ਦਿਸ ਅਪ. ਨਹੀਂ, ਇਹ ਆਪਨੇ ਬਹੁਤ ਅੱਛਾ ਸਵਾਲ ਪੁੱਛਾ ਹੈ, ਕਿਉਂਕਿ ਦੇਖੀਏ ਇੱਕ ਜ਼ਮਾਨੇ ਮੇਂ ਦੇਖਾ ਜਾਏ ਤੋ ਇਸ ਦੇਸ਼ ਮੇਂ ਜੋ ਪੋਲੀਟੀਸ਼ੀਅਨਸ ਥੇ ਵੋ ਹਮਾਰੇ ਜੋ ਖਾਸ ਕਰਕੇ ਜੋ ਫ੍ਰੀਡਮ ਸਟਰਗਲ ਸੇ ਨਿਕਲ ਕੇ ਆਏ ਥੇ ਵੋ ਬਹੁਤ ਕਮਿਟਡ ਲੋਕ ਥੇ, ਮਤਲਬ ਵੋ ਜਨਤਾ ਕੇ ਪ੍ਰਤੀ ਕਮਿਟਡ ਥੇ, ਕਰਪਸ਼ਨ ਸੇ ਦੂਰ ਥੇ. ਆਪ ਅਗਰ ਆਪਣੇ ਆਪਣੇ ਪਿਛਲੀ ਜਨਰੇਸ਼ਨ ਸੇ ਸੁਨੇ ਤੋ ਐਸੇ ਪੋਲੀਟੀਸ਼ੀਅਨਸ ਥੇ ਕਿ ਦੋ ਓਪੋਜਿਟ ਪਾਰਟੀ ਕੇ ਲੋਕ ਵੀ ਇੱਕ ਹੀ ਰਿਕਸ਼ੇ ਪੇ ਬੈਠ ਕੇ ਜਾਤੇ ਥੇ ਔਰ ਵੋ ਆਪਣਾ ਆਪਣਾ ਪ੍ਰਚਾਰ ਕਰਕੇ ਸਾਥ ਮੇਂ ਲੌਟਤੇ ਥੇ, ਔਰ ਬਹੁਤ ਕਮ ਪੈਸੇ ਮੇਂ ਚੁਣਾਵ ਜੀਤਾ ਜਾ ਸਕਤਾ ਥਾ. ਲੇਕਿਨ ਇੱਕ ਹਮਾਰੇ ਦੋਸਤ ਹੈ ਯਹਾਂ, ਵੋ ਵੀ ਪੰਜਾਬ ਸੇ ਹੀ ਹੈ, IPS ਆਫਿਸਰ ਹੈ ਜਸਵੀਰ ਸਿੰਘ, ਲਖਨਊ ਮੇਂ. ਵੋ ਬਤਾਤੇ ਹੈ ਕਿ ਪੋਲੀਟਿਕਸ ਕੀ ਸਬਸੇ ਬੜੀ ਜੋ ਪ੍ਰੋਬਲਮ ਹੋ ਗਈ ਹੈ ਇਸਮੇਂ ਜੋ ਪੈਸਾ ਘੁਸ ਗਿਆ ਹੈ ਕਿ ਅਬ ਆਪ ਬਿਨਾਂ ਪੈਸੇ ਕੇ ਇਲੈਕਸ਼ਨ ਹੀ ਨਹੀਂ ਲੜ ਸਕਤੇ. ਔਰ ਮੁਝੇ ਲਗਤਾ ਹੈ ਉਨਕੀ ਬਾਤ ਸਹੀ ਹੈ ਕਿ ਅਬ ਯੇ ਐਸਾ ਖੇਲ ਹੋ ਗਿਆ ਹੈ ਕਿ ਯੇ ਮਤਲਬ ਬਿਜ਼ਨਸ ਹੋ ਗਿਆ ਹੈ ਕਿ ਆਪ ਇਸਮੇਂ ਪੈਸਾ ਲਗਾਈਏ ਔਰ ਫਿਰ ਜਬ ਆਪ ਜੀਤ ਜਾਏ ਤੋ ਫਿਰ ਆਪ ਪੈਸਾ ਬਣਾਈਏ, ਔਰ ਮੋਦੀ ਸਰਕਾਰ ਵੀ ਯਹੀ ਕਰ ਰਹੀ ਹੈ.
तो इसकी वजह से जो करप्शन आ गया है और जो इसका इसका कैरेक्टर बदल गया है, जिसमें कि अब आप जो है कोई भी आम साधारण व्यक्ति चुनाव नहीं लड़ सकता। हमारी पार्टी से जब लोग खड़े होते हैं, हम तो सिर्फ जनता से चंदा लेके ही चुनाव लड़ते हैं। हम 1 लाख से ज्यादा किसी पे नहीं खर्च कर पाते हैं अगर कोई विधानसभा का चुनाव लड़ रहा हो, और वोट भी वही मिलते हैं 1000-2000। मतलब हम कभी जीतने की स्थिति में नहीं आ सकते। सीतापुर से हमारी कैंडिडेट लड़ी थी, फरीदाबाद में रहती हैं डॉक्टर सुचिता कुमार, केमिस्ट्री में पीएचडी हैं, उनको 9000 वोट मिले थे सीतापुर से और वो पांचवें पोजीशन पे थी कांग्रेस बीजेपी समाजवादी पार्टी बहुजन समाज पार्टी के बाद। देखिए हमारे साथ लुबना सर्वत जुड़ी हुई है, वो हमारी पार्टी की जनरल सेक्रेटरी है तेलंगाना की, और वहां पे एक सर्वे हुआ हैदराबाद में, और डेक्कन क्रॉनिकल ने लिखा कि हैदराबाद के लोग सर्वे में बता रहे हैं कि दे वांट लुबना सर्वत एज देयर मेयर। लेकिन जब लुबना इलेक्शन में खड़ी हुई तो उसको कुछ बस सैकड़ों वोट मिले। मतलब वो अपना जो कॉर्पोरेटर का इलेक्शन था वो भी नहीं जीत पाई, मेयर बनने की तो बात दूर है। तो ये प्रॉब्लम है कि जो कमिटेड वर्कर है, जो ऑनेस्ट वर्कर है, वो काम तो बहुत अच्छा कर रहा है, लेकिन जनता कहती है कि इसको हम अपना पीपल्स रिप्रेजेंटेटिव नहीं बना सकते। इससे काम तो हम अपना सारा करा लेंगे, लेकिन पीपल्स रिप्रेजेंटेटिव बनाने के लिए वो बड़ी पार्टी के पास चले जाते हैं। एक ये बड़ी अजीब मानसिकता है कि हमारा वोट बर्बाद ना हो। तो वोट बर्बाद ना हो मतलब कि हम किसी छोटी पार्टी को, किसी इंडिपेंडेंट कैंडिडेट को नहीं देंगे, हम किसी बड़ी पार्टी को देंगे ताकि हमारा हमारे वोट से सरकार बने। ये एक जो मानसिकता आ गई है, ये बड़ा इसने एक नुकसान पहुंचाया है हिंदुस्तान के लोकतंत्र को। और मुझे लगता है कि इसमें लुबना अगर कुछ शेयर करना चाहे कि हाउ टू क्लीन अप द पॉलिटिक्स, आई मीन हाउ कैन वी ब्रिंग बैक द डेज व्हेन यू नो यू डिड नॉट हैव टू स्पेंड मनी टू विन इलेक्शंस, इज दैट पॉसिबल लुबना एट ऑल, और what can you say from your experience of contesting election at all three levels, at the municipal corporation level, at the assembly level, and at the parliament level? She also contested the election for the parliamentary seat on behalf of the Aam Aadmi Party, and then now she contested elections for the assembly and greater Hyderabad municipal corporation as a socialist party candidate. Yeah, tell me Lubna. Yeah, hello everybody. The discussion is indeed very interesting. Am I audible? Yeah. So I just want to tell that taking forward the Sandeep ji's words, there was a very important criticism that was being leveled against me when people saw that I contested for MP, for MLA, and then for the corporator. So they were telling that she's contesting and she's. They felt that corporator position is a smaller position. So, I had to explain to them that an MP is being contesting so many times. An MP is being elected so many times. The same person, without any change on the ground. But there is no question on that person. People are not raising a question on that person who is repeatedly coming to the people to be elected again and again. But when a person is contesting at different levels, and not feeling that a corporate is in any way a smaller responsibility than an MP. Because corporate's position has been cherished by the constitution through the 74th and 75th. Such an important and whole and soul a responsibility of a ward of around 50,000 voters. This is how I had to explain to people, first of all, you know what? Instead of campaigning for the votes, I had to explain to people these points. That please understand well and how it is not at all a small thing, and we have to celebrate. It's a celebration of democracy, you know. I welcome people to contest elections because it gives a wonderful opportunity to stand in any street corner and take a mic and just speak, you know. Normal times ko nahi kar sakte apan. And also it gives a very good opportunity to understand, you know, problems are already understood by us, but still each time you go inside, you know, you understand how the last mile connectivity is so much missing and where is the money going at all. And you will also understand, you know, that the policy or the financial budget preparation, everything has to come from down. The pyramid has to come from the people to the top.
but it is not, that is not at all happening, because if you take the corporate level itself, nowhere in India, the ward, the municipal corporations or the panchayat, they have to discuss and decide the budget, and all these wards' budget should go in the corporation election council, and there the budget has to be formed. But that is not happening anywhere in the country. Similarly, when the national budget is being formed, the government should actually take the inputs right from the wards to the state assemblies and then get up. But that is not happening. They come with a briefcase, they hand it over down to the India, and India has to now keep discussing and discussing and all that, you know. So where is this change and all this change? And as Prabhu has rightly said, how will the voter get more informed? And will the politician get more informed? Maybe politician is learning some lessons, I don't know. But voter informed, yes, it is very important. And are they informed? No, they are not informed. And will this be sufficient? No, it will not be sufficient. And let me tell you the main thing why. Because, you know, right now, the trend in the entire globe, or in the mainly in India and everything, it's all about digital. It's all about visibility. It's all about catching the eye. So, abhi right now, kya ho raha hai? Just take the Bihar elections, where there were 30 to 40 helicopters landing on the Bihar, and overwhelming visibility that it should, you know what, the people at left, right, center, top, bottom, maybe they are going able to see just one flag and one news and all that. That actually impacts the human psyche. So, you know, where is this money coming from? This money is coming from the illegal and opaque and questionable electoral bonds. So believe me, as long as these funds is not cut off, as long as the electoral bonds through some advocate like Prashant Bhushan or some other advocate, it is not busted, it has to go. As long as you do not cut that connection, you do not know where the funds are going. Where is the PM case fund going? Is it going to the party, or the party is coming to PM case, or from the party? What are the electoral bonds? 10,000 crore of BJP's funds. Where are all these? I mean, who is using? So right now, I think iron is very hot. We have to approach the Congress party especially, and the communist parties. And I don't know where Mamata Banerjee stands on this, because she's the one leader whom I admire a lot. Okay. And these parties have to be spoken to. Mr. Yechury, Rahul Gandhi, especially Sonia Gandhi also, because she has a very good thing about the National Advisory Council during EPA regime. So these major political parties have to be talked to by people like Sandeep Pandey and our president also, that you people disown the electoral bonds. When all these major 11 national parties of the country actually openly declare and call upon that we are disowning the electoral bonds, which is opaque and it is not known to the public of India, and we do not want to play deceit and games with the people who are voting for us. They should know where our funds coming from. If this sort of an attitude agar develop ho jaye na, to and agar hum jaise partiyan jaise the chavi jo hai na Sandeep ji ki jaise, to ye Prashant Bhushan, to ye log jaake jab Rahul Gandhi se, Mamata Banerjee se, Yechury ji se लोगों से बात करें ना, और ये लोग डिक्लेयर कर दिए कि नो वी आर डिसोनिंग, वी डोंट वांट, देन इंडिया विल चेंज. आई एम टेलिंग यू, देन इंडिया विल चेंज, बिकॉज़ मनी इज द की फैक्टर. दैट इज व्हाई सून एज ही एंटर्ड द मोदी गवर्नमेंट डिड एवरीथिंग. दे आर वर्किंग ऑन अ स्ट्रेटजी, दे आर माइलस्टोन्स आर सेट, दे आर अचीविंग एवरीथिंग. बट वेयर एज वी डू नॉट हैव द करंट करेक्ट एग्जैक्ट स्ट्रेटजी कि कौन सी बटन ने हमको दबाना है. इनकी पहली पूंछ कटनी है तो कौन सी बटन ने हमको दबाना है. मैं बोलती हूँ पहले बटन अगर कुछ दबनी है तो वो दबनी है इलेक्ट्रल बॉन्ड्स को, किसी ना किसी तरह से अपने को उसकी, इट इज इलीगल. इलेक्शन कमीशन ऑफ इंडिया देमसेल्व्स हैव टोल्ड इन द सुप्रीम कोर्ट दैट दे डू नॉट हैव गिवन द अप्रूवल, बट नाउ दे हैव केप्ट, हैव टू कीप साइलेंट बिकॉज द इंस्टीट्यूशन हैज बीन जियोपार्डाइज्ड. सो वी हैव टू प्रेस द बटन ऑफ इलेक्ट्रल बॉन्ड्स. आई टेल यू, इलेक्ट्रल बॉन्ड्स की बटन जब कट हो जाएंगे ना, तो उनकी पैसों की दुम जब कट हो जाएंगे ना, तो दे विल बी सम सॉर्ट ऑफ अ लेवल प्लेइंग. और लेवल प्लेइंग और फेयर प्ले की बुनियाद पे ही हम अपने को इलेक्ट्रल बॉन्ड्स को उठाना पड़ेगा, बिकॉज़ सी आई कंटेस्टेड. गुप्ता जी, आई एम सो सॉरी टू इंटरप्ट यू. Yeah. So sorry to interrupt you. We're just running out of time. We're going to have this lovely session with you because I genuinely want to hear you out on. You have got some very valid points. I think we should have a proper session on this. So quickly, we have Amrinder ji. If everybody permits, I would like him to have some closing few points. Amrinder ji, since si pehla ho to de se suggestions the si pehla ho gal kar rahe si ji.
We were really happy to see the motivation people have. Some people from Delhi border also joined us. They oh, that's okay. ਕਾਲੀਆਂ ਦੀ ਪੂਰੀ ਲਾਈਨ ਲੱਗੀ ਹੋਈ ਹੈ ਤੇ ਬਿਲਕੁਲ ਸੇਫ ਹੈ ਬਹੁਤ ਵਧੀਆ ਮੋਟੀਵੇਸ਼ਨ ਨਾਲ ਜਾ ਰਹੇ ਹਾਂ ਮੈਂ ਵੀ ਉਹੀ ਦੇਖਦਾ ਆਇਆ ਸਾਰਾ ਕੁਝ ਮੀਡੀਆ ਤੇ ਹਾਂਜੀ ਹਾਂਜੀ ਆਈ ਹੋਪ ਮੇਰੀ ਆਵਾਜ਼ ਸਾਫ ਹੁੰਦੀ ਹਾਂਜੀ ਹਾਂਜੀ ਬਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜਾ ਸੰਦੀਪ ਜੀ ਨੇ ਗੱਲ ਕਹੀ ਹੈ ਮੇਰਾ ਉਹਦੇ ਤੇ ਧਿਆਨ ਬਾਰ ਬਾਰ ਜਾਂਦਾ ਉਹਨਾਂ ਨੇ ਇੱਕ ਗੱਲ ਛੋਟੀ ਜਿਹੀ ਕਹੀ ਸੀਗੀ ਉਹ ਬਹੁਤ ਵੱਡਾ ਸੱਚ ਹੈ ਉਹ ਇਹ ਸੱਚ ਹੈ ਕਿ ਆਪਣੇ ਲੋਕ ਔਰ ਉਹ ਸਮੱਸਿਆ ਪੰਜਾਬ ਚ ਵੱਡੀ ਹੈ ਕਿਹੜੇ ਵਾਲੀ ਕਿ ਆਮ ਬੰਦੇ ਨੂੰ ਉਹ ਤੋਂ ਵਰਕਰ ਦਾ ਕੰਮ ਲੈ ਲੈਣਾ ਪਾਰਟੀ ਚ ਵੀ ਲੈ ਲੈਣਾ ਪਾਰਟੀ ਤੋਂ ਬਿਨਾਂ ਸੋਸ਼ਲੀ ਵੀ ਲੈ ਲੈਣਾ ਬਟ ਜਦ ਉਹਨੂੰ ਚੁਣਨਾ ਫਿਰ ਇਹਨਾਂ ਨੇ ਦੇਖਣਾ ਵੀ ਇਹ ਬੰਦਾ ਐਮ ਐਲ ਏ ਲੱਗਦਾ ਇਹ ਐਮ ਪੀ ਲੱਗਦਾ ਸਾਡੇ ਕੀ ਪ੍ਰੋਬਲਮ ਹੈ ਇਹ ਪੰਜਾਬ ਚ ਬਾਕੀਆਂ ਤੋਂ ਜ਼ਿਆਦਾ ਹੈ ਯੂਪੀ ਦੇ ਵਿੱਚ ਐਮ ਪੀ ਦੇ ਵਿੱਚ ਇੱਕ ਆਮ ਜੇ ਕੱਪੜਿਆਂ ਵਾਲਾ ਵਿਧਾਇਕ ਮਿਲ ਸਕਦਾ ਤੁਹਾਨੂੰ ਪੰਜਾਬ ਚ ਨਹੀਂ ਮਿਲਦਾ ਪੰਜਾਬ ਦੇ ਵਿੱਚ ਲੋਕਾਂ ਦੀ ਕੀ ਯਾਰ ਇਹ ਲੱਗਦਾ ਤਾਂ ਹੈ ਨੀ ਐਮ ਐਲ ਏ ਕਾਰ ਵੀ ਨੀ ਹੈਗੀ ਇਹ ਤਾਂ ਸਕੂਟਰ ਤੇ ਆਉਂਦਾ ਇਹ ਤਾਂ ਵਰਕਰ ਲੈਵਲ ਦਾ ਇਹ ਸਾਡੇ ਕੰਮ ਕਿੱਥੇ ਕਰਾ ਦੂਗਾ ਕਿਉਂਕਿ ਜਿਹੜਾ ਪੋਲੀਟੀਕਲ ਕਲਚਰ ਏਦਾਂ ਦਾ ਬਣ ਗਿਆ ਨਾ ਵੀ ਜਿਹੜਾ ਥਾਣੇ ਵਾਲਾ ਕੰਮ ਆ ਉਹ ਰੋਬਦਾ ਵਾਲਾ ਬੰਦਾ ਹੀ ਕਰਾਊਗਾ ਜਿਹੜਾ ਥਾਣੇਦਾਰ ਨੂੰ ਕਹਿ ਸਕੂਗਾ ਐਮ ਐਲ ਏ ਬੋਲਦਾ ਆਹ ਬੰਦੇ ਸਾਡੇ ਆ ਛੱਡ ਦੇ ਠੀਕ ਹੈ ਵੀ ਇਹ ਲੱਗਦਾ ਹੀ ਨੀ ਹੈਗਾ ਯਾਰ ਵੀ ਐਮ ਐਲ ਏ ਤੇ ਰੋਬ ਪਾਲੂਗਾ ਅਸੀਂ ਉਸ ਕਲਚਰ ਦੇ ਵਿੱਚ ਇੰਨੇ ਜ਼ਿਆਦਾ ਖੁੱਭ ਗਏ ਐਕਚੁਅਲੀ ਦੇ ਵਿੱਚ MLA, Member of Legislative Assembly or ਵਿਧਾਇਕ ਜਿਹਨੂੰ ਕਹਿੰਦੇ ਨੇ ਉਹਦੀਆਂ ਪਾਵਰਾਂ ਪਤਾ ਹੈ ਕੀ ਨੇ ਜੇ ਆਪਾਂ ਸੰਵਿਧਾਨ ਖੋਲ੍ਹ ਕੇ ਦੇਖਦੇ ਹਾਂ ਉਹਦੀਆਂ ਕੋਈ ਪ੍ਰੈਕਟੀਕਲ ਖਾਸ ਪਾਵਰਸ ਨਹੀਂ ਹੈਗੀਆਂ MLA ਦੀਆਂ ਉਹਦਾ ਕੰਮ ਹੈ ਸਿਰਫ ਵਿਧਾਨ ਉਹਦੇ ਚ ਪਾਲਿਕਾ ਚ ਜਾਂ ਵਿਧਾਨ ਪਰਿਸ਼ਦ ਦੇ ਵਿੱਚ ਬਹਿ ਕੇ ਕਾਨੂੰਨ ਪਾਸ ਕਰਨਾ ਫਰਜ਼ ਕਰੋ ਪੰਜਾਬ ਦੇ 117 ਵਿਧਾਇਕ ਨੇ ਉਹਨਾਂ ਦਾ ਜ਼ਿਆਦਾ ਕੰਮ ਲਾਅ ਮੇਕਿੰਗ ਦਾ ਕੰਮ ਹੈ ਵੀ ਵਿਧਾਨ ਉੱਤੇ ਸਭਾ ਲੱਗੀ ਹੈ ਵਿਧਾਨ ਸਭਾ ਚ ਬੈਠਣਾ ਕਾਨੂੰਨ ਬਣਾਉਣਾ ਹੈ ਤੇ ਉਹ ਕਾਨੂੰਨ ਨੂੰ ਥੱਲੇ ਉਹਨੂੰ ਥੱਲੇ ਮਤਲਬ ਇੰਪਲੀਮੈਂਟ ਅਫਸਰਸ਼ਾਹੀ ਨੇ ਕਰਨਾ ਪਰ ਸਾਡੇ ਇੱਥੇ ਕੀ ਪ੍ਰੋਬਲਮ ਆ ਸਾਡੇ ਐਮ ਐਲ ਏ ਕੀ ਕਰਦਾ ਉਹ ਇਹਨਾਂ ਕੰਮਾਂ ਦਾ ਉਹਨੂੰ ਲਾਅ ਮੇਕਿੰਗ ਤਾਂ ਆਉਂਦੀ ਨੀ ਐਡੇ ਜੋਗੇ ਉਹ ਹੈ ਨੀ ਮਾਂ ਦੇ ਪੁੱਤ ਇੰਨੇ ਪੜ੍ਹੇ ਵੀ ਨੀ ਹੋਏ ਵੀ ਉਹਨਾਂ ਨੂੰ ਇਹ ਵੀ ਨੀ ਪਤਾ ਵੀ ਸਾਡਾ ਕੰਮ ਲਾਅ ਮੇਕਿੰਗ ਦਾ ਇਕੱਲਾ ਉਹਨਾਂ ਨੂੰ ਇਹ ਹੈ ਵੀ ਅਸੀਂ ਐਮ ਐਲ ਏ ਆ ਐਮ ਐਲ ਏ ਦਾ ਕੰਮ ਆਉਂਦਾ ਰੋਹਬ ਨਾਲ ਆਪਦਾ ਹਲਕਾ ਚਲਾਉਣਾ ਹਲਕਾ ਕਿਵੇਂ ਚਲਾਇਆ ਜਾਂਦਾ ਚਾਰ ਬੀ ਡੀ ਓ ਚਾਰ ਬੀ ਡੀ ਪੀ ਓ ਚਾਰ ਐਸ ਐਚ ਓ ਆਪਦੇ ਲਵਾਏ ਉਹਨਾਂ ਨੂੰ ਧੱਕੇ ਨਾਲ ਐਮ ਐਲ ਏ ਨੇ ਲਵਾਇਆ ਵੀ ਆਹ ਫਲਾਣੇ ਫਲਾਣੇ ਸਟੇਸ਼ਨ ਮੈਂ ਤੈਨੂੰ ਦੇ ਰਿਹਾ ਆਪਦੇ ਇਨਫਲੂਐਂਸ ਕਰਕੇ ਆਪਦੇ ਆਪਦੇ ਰੋਹਬ ਨਾਲ ਤੈਨੂੰ ਦੇ ਰਿਹਾ ਫਿਰ ਤੂੰ ਕੀ ਕਰਨਾ ਜਿਹੜੇ ਤੈਨੂੰ ਪੰਚਾਇਤਾਂ ਦੇ ਥਰੂ ਚੈੱਕ ਆਉਣਗੇ ਜਿਹੜੇ ਤੂੰ ਲੋਕਾਂ ਚ ਵੰਡਣੇ ਆ ਉਹ ਤੂੰ ਵੈਸੇ ਤਾਂ ਤੇਰਾ ਹੀ ਕੰਮ ਹੈ ਤੂੰ ਉਧਰੋਂ ਚੈੱਕ ਲੈਣਾ ਉਧਰ ਵੰਡ ਦੇਣਾ ਬਟ ਹੁਣ ਤੂੰ ਕੀ ਕਰੇਗਾ ਕਿਉਂਕਿ ਮੈਂ ਤੈਨੂੰ ਅਪੁਆਇੰਟ ਕਰਾਇਆ ਜਿਸ ਦਿਨ ਚੈੱਕ ਵੰਡਣੇ ਨੇ ਉਸ ਦਿਨ ਇੱਕ ਅਨਓਫੀਸ਼ੀਅਲ ਫੰਕਸ਼ਨ ਰੱਖਿਆ ਜਾਊਗਾ ਤੂੰ ਵੀ ਨਾਲ ਬੈਠਾ ਹੋਏਗਾ ਬਟ ਉਹ ਸਾਰੇ ਚੈੱਕ ਮੈਂ ਵੰਡੂਗਾ ਹਾਲਾਂਕਿ ਉਹ ਅਧਿਕਾਰ ਖੇਤਰ ਨਹੀਂ ਹੈਗਾ ਐਮ ਐਲ ਏ ਦਾ ਇੱਥੇ ਇਸ ਤਰ੍ਹਾਂ ਧੱਕੇ ਨਾਲ ਮਤਲਬ ਆਪਦੀਆਂ ਪਾਵਰਸ ਨੂੰ ਲਿਆ ਗਿਆ ਵੀ ਤਾਂ ਕਿ ਅਸੀਂ ਹਲਕੇ ਤੇ ਸਾਡਾ ਸਟਰੋਂਗ ਹੋਲਡ ਰਹੇ ਇਹ ਆਫਿਸਰ ਧੱਕੇ ਨਾਲ ਲਵਾਏ ਜਾਂਦੇ ਆ ਜਿਹੜਾ ਹੁਣ ਇਹਨਾਂ ਨੇ ਬੀਬਾ ਜੀ ਨੇ ਕਿਹਾ ਵੀ ਪੈਸਾ ਬਹੁਤ ਵੱਡਾ ਕੀ ਫੈਕਟਰ ਹੈ ਜਦੋਂ ਇਹ ਕਾਲਾ ਪੈਸਾ ਇੱਧਰੋਂ ਆਉਣਾ ਬੰਦ ਹੋਊਗਾ ਕਿਸੇ ਤਰੀਕੇ ਲੋਕ ਜਾਗਰੂਕ ਹੋਣਗੇ ਤਾਂ ਚੇਂਜ ਆਊਗੀ ਇੱਕ ਚੇਂਜ ਹੋਰ ਵੀ ਆਊਗੀ ਜਦੋਂ ਪੜ੍ਹੇ ਲਿਖੇ ਮੁੰਡੇ ਆਫਿਸਰ ਪੜ੍ਹੇ ਲਿਖੀਆਂ ਕੁੜੀਆਂ ਅੱਗੇ ਆਉਣਗੀਆਂ ਤੇ ਉਹ ਐਮ ਐਲ ਏ ਨੂੰ ਕਹਿ ਸਕਣਗੀਆਂ ਵੀ ਇਹ ਚੈੱਕ ਵੰਡਣ ਦਾ ਅਧਿਕਾਰ ਮੇਰਾ ਏ ਕਾਨੂੰਨ ਨੇ ਸਿਰਫ ਮੈਨੂੰ ਦਿੱਤਾ ਤੈਨੂੰ ਇਹਦਾ ਕੋਈ ਅਧਿਕਾਰ ਨਹੀਂ ਆ ਤੇ ਜਿਹੜਾ ਫੰਕਸ਼ਨ ਹੋਊਗਾ ਮੈਂ ਇਕੱਲੇ ਹੀ ਵੰਡੂਗੀ ਤੇ ਐਮ ਐਲ ਏ ਜਿਸ ਦਿਨ ਦੇਖੂਗਾ ਵੀ ਇਹਨੂੰ ਮੈਂ ਚੇਂਜ ਕਰਾ ਦਿੰਦਾ ਤਾਂ ਜਿਹੜਾ ਸੈਕਿੰਡ ਮੁੰਡਾ ਆਊਗਾ ਸੈਕਿੰਡ ਕੁੜੀ ਆਊਗੀ ਉਹ ਵੀ ਜੇ ਸੇਮ ਗੱਲ ਕਹੂਗੀ ਵੀ ਅਧਿਕਾਰ ਖੇਤਰ ਤੇਰਾ ਨਹੀਂ ਹੈ ਸਿਰਫ ਮੇਰਾ ਹੈ ਫਿਰ ਇਹਦੇ ਚ ਤਕੜੇ ਲੋਕ ਰੋਹਬਦਾਬ ਵਾਲੇ ਲੋਕ ਸੋ ਕਾਲਡ ਜਿਹਨਾਂ ਨੂੰ ਆਪਾਂ ਦੇਖਦੇ ਹਾਂ ਵੀ ਮੁੱਛਾਂ ਖੜੀਆਂ ਹੋਣ ਠੋਕ ਕੇ ਪੱਗ ਬੰਨੀ ਹੋਵੇ ਐਨ ਕਰੀਜਾਂ ਖੜੀਆਂ ਹੋਣ ਕੁੜਤੇ ਪਜਾਮਿਆਂ ਦੀਆਂ ਵੀ ਦੇਖਣ ਨੂੰ ਜਿਹੜਾ ਕਹਿੰਦੇ ਹਾਂ ਵੀ ਐਮ ਐਲ ਏ ਉਸ ਦਿਨ ਇਹ ਲੋਕ ਪਿੱਛੇ ਭੱਜਣਗੇ ਜਦ ਕਹਿਣਗੇ ਜਦ ਇਹਨਾਂ ਨੂੰ ਪਤਾ ਲੱਗੂਗਾ ਵੀ ਇਹਦੇ ਚ ਰੋਹਬਦਾਬ ਤਾਂ ਰਿਹਾ ਨੀ ਸਾਡੇ ਕੰਮ ਤਾਂ ਹੁੰਦੇ ਨੀ ਆਫਿਸਰਾਂ ਨੇ ਆਪਦੇ ਅਧਿਕਾਰ ਖੇਤਰ ਪਛਾਣ ਲਏ ਆਪਦੀਆਂ ਪਾਵਰਾਂ ਪਛਾਣ ਲਈਆਂ ਉਹ ਕਹਿੰਦੇ ਨੇ ਵੀ ਤੁਹਾਡੇ ਆਉਣ ਦੀ ਲੋੜ ਨੀ ਅਸੀਂ ਆਪਦਾ ਕੰਮ ਆਪ ਕਰਾਂਗੇ ਫਿਰ ਉਹ ਕੋਈ ਹੋਰ ਤਰੀਕਾ ਚੁਣਨਗੇ ਉਹ ਕਿਸੇ ਹੋਰ ਥਾਵਾਂ ਤੇ ਖੜੇ ਹੋਣਗੇ ਇੱਕ ਵਰਕਰ ਲੈਵਲ ਦਾ ਬੰਦਾ ਜਿਹਨੂੰ ਕੰਮ ਕਰਨ ਦਾ ਚਾਅ ਹੋਊਗਾ ਉਹਨੂੰ ਲੋਕ ਚੁਣਨਗੇ ਮਤਲਬ ਜਿਸ ਦਿਨ ਇਹ ਦਿਖਾਵਾ ਬੰਦ ਹੋਊਗਾ ਇਹ ਚੈੱਕ ਚੁੱਕ ਵੰਡਣੇ ਐਮ ਐਲ ਏ ਦਾ ਬਿਲਕੁਲ ਵੀ ਕੰਮ ਨੀ ਹੈਗਾ ਨਾ ਇਹ ਲਿਖਿਆ ਹੋਇਆ ਬਟ ਪ੍ਰੈਕਟੀਕਲੀ ਇਹਨਾਂ ਦੁਆਰਾ ਕੀਤਾ ਜਾ ਰਿਹਾ ਕਿਉਂਕਿ ਐਸ ਐਚ ਓ ਆਪ ਲਵਾਏ ਹੋਏ ਨੇ ਬੀ ਡੀ ਪੀ ਓ ਆਪ ਲਵਾਏ ਹੋਏ ਨੇ ਮਤਲਬ ਕਾਫੀ ਕੁਛ ਹੈ ਜਿਹੜਾ ਠੀਕ ਹੋਣਾ ਮੰਗਦਾ ਮੈਂ ਵੀ ਪ੍ਰੋਬਲਮ ਹੀ ਦੱਸੀਆਂ ਸੋਲੂਸ਼ਨ ਤਾਂ ਜੇ ਹੁੰਦਾ ਆਪਣੇ ਕੋਲ ਤਾਂ ਹੁਣ ਨੂੰ ਹੋ ਰਿਹਾ ਹੁੰਦਾ ਸੋਲੂਸ਼ਨ ਹੀ ਨਹੀਂ ਮਿਲ ਰਿਹਾ ਬਟ ਮੈਂ ਇੱਕ ਇਹ ਜ਼ਰੂਰ ਕਹਿਣਾ ਵੀ ਜਿਸ ਦਿਨ ਅਫਸਰਸ਼ਾਹੀ ਤਕੜੀ ਹੋ ਗਈ ਘੈਂਟ ਹੋ ਗਈ ਇਹਨਾਂ ਦੇ ਮੂਹਰੇ ਅੜਨ ਲੱਗ ਗਈ ਵੀ ਸਾਰੇ ਇਹ ਕੰਮ ਗਲਤ ਹੈ
ਉਸ ਦਿਨ ਇਹ ਲੋਕ ਖੁਦ ਵੀ ਪਾਸਾ ਵੱਟਣਗੇ ਇਸ ਉਸ ਤੋਂ ਵੀ ਜਦ ਹੁਣ ਸਾਡੀ ਚੱਲਦੀ ਹੋ ਨੀ ਸਾਡੀ ਪਾਵਰ ਨੀ ਫਿਰ ਅਸੀਂ ਕੋਈ ਹੋਰ ਬਿਜ਼ਨਸ ਕਰ ਲੈਂਦੇ ਹਾਂ। ਜਾਗਰੂਕਤਾ ਹਰੇਕ ਲੈਵਲ ਤੇ ਵੋਟਰਾਂ ਚ ਵੀ ਆਫਿਸਰਾਂ ਚ ਵੀ ਤੇ ਆ ਬਾਕੀ ਜਿਹੜੇ ਸੰਦੀਪ ਜੀ ਹੋਰਾਂ ਦੋਵਾਂ ਨੇ ਗੱਲ ਕੀਤੀ ਉਹ ਤਾਂ ਹੈ ਹੀ ਹੈ। ਬਿਲਕੁਲ ਦਿਸ ਹਾਇਰਾਰਕੀ ਇਜ਼ ਵੈਰੀ ਇੰਪੋਰਟੈਂਟ ਕਿਉਂਕਿ ਜੋ ਅਮਰਿੰਦਰ ਸਿੰਘ ਜੀ ਨੇ ਬੋਲਿਆ ਦੈਟ ਸੇਜ਼ ਅ ਲੋਟ ਅਬਾਊਟ ਦ ਵੇ ਲਾਜ਼ ਆਰ ਮੇਡ ਦ ਵੇ ਪਬਲਿਕ ਪਾਲਿਸੀ ਕੰਸਲਟੇਸ਼ਨ ਇਜ਼ ਡਨ ਤੇ ਜਿਹੜਾ ਪਹਿਲਾਂ ਮਤਲਬ ਸੰਦੀਪ ਜੀ ਨੇ ਹੀ ਹੈਡ ਡਰਾਨ ਅ ਪੈਰਲਲ ਦੈਟ ਦ ਪ੍ਰੀਵੀਅਸ ਗਵਰਨਮੈਂਟ ਯੂਜ਼ ਟੂ ਟੇਕ ਇਨ ਟੂ ਅਕਾਊਂਟ ਐਕਸਪਰਟ ਓਪੀਨੀਅਨ ਐਂਡ ਦੈਟ ਇਜ਼ ਅ ਹੋਲ ਪੁਆਇੰਟ ਆਫ ਪਾਰਟੀਸੀਪੇਟਿਵ ਡੈਮੋਕ੍ਰੇਸੀ ਵੈਨ ਯੂ ਆਰ ਮੇਕਿੰਗ ਅ ਲਾਅ ਔਨ ਐਗਰੀਕਲਚਰ ਔਰ ਇਫ ਯੂ ਆਰ ਮੇਕਿੰਗ ਅ ਲਾਅ ਔਨ ਲੇਬਰ ਯੂ ਹੈਵ ਟੂ ਹੈਵ ਅਨਾਲਿਸਿਸ ਫਰੋਮ ਐਕਸਪਰਟਸ ਜਿਹੜੇ ਉਸ ਫੀਲਡ ਦੇ ਨੇ ਦੇਨ know the advantages, they know the ground reality, they know ki application of this act, will it benefit a certain class of people or will it benefit everybody? So this is something that we've seen is missing. Even if you see, if you read about the environment, that to dilute the safeguards that are available to the people. So the hierarchy ground level there, it just merges with, you know, the discussion. And yeah, so over to Prabhnoor. And I think we are already ahead of time, if I'm not wrong. Haji, Haji. I think Simran, I agree with what you said. I think people like you, I can see the coming generations are really informed enough. Jidda Amrinder ji ne kya ki baki MLA da kam ਸਿਰਫ ਉੱਥੇ ਬੈਠ ਕੇ ਬਿੱਲ ਪਾਸ ਕਰਨਾ ਹੈ, ਬਿੱਲ ਤੇ ਡਿਸਕਸ਼ਨ ਕਰਨਾ ਹੈ, ਉਹ ਬਾਕੀ ਉਹ ਕੰਮ ਛੱਡ ਕੇ ਬਾਕੀ ਸਭ ਕਰਦੇ ਨੇ। ਉਹ ਗਾਣਿਆਂ 'ਚ ਵੀ ਆਉਂਦੇ ਨੇ, ਉਹ ਸ਼ਾਇਦ ਸਿਰਫ ਇੱਕ ਪੰਜਾਬ ਯੂਨੀਵਰਸਿਟੀ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਕਹਿਣ ਲਈ ਨੇ, ਉਹ ਮੇਰੇ ਪਾਪਾ MLA ਨੇ, ਤੂੰ ਮੈਨੂੰ ਛੱਡਦੇ ਆ, ਇਹ ਕਰਦੇ। ਸੋ ਆਈ ਥਿੰਕ ਵੀ ਰੀਅਲੀ ਨੀਡ ਟੂ ਯੂ ਨੋ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, ਆਪਾਂ ਨੂੰ ਆਪਣੀਆਂ ਹੀ ਗਲਤੀਆਂ ਪਹਿਲਾਂ ਸੁਧਾਰਨੀਆਂ ਚਾਹੀਦੀਆਂ ਨੇ। ਤੇ ਜਿਹੜੇ ਸੰਘਰਸ਼ ਹੋ ਰਿਹਾ ਇਹਦੇ ਵਿੱਚੋਂ, ਆਈ ਐਮ ਰੀਅਲੀ ਹੋਪਫੁਲ ਕਿ ਇੱਕ ਇਨਫੋਰਮਡ ਵੋਟਰ ਜ਼ਰੂਰ ਨਿਕਲ ਕੇ ਆਊਗਾ। ਤੇ ਜਿੱਦਾਂ ਸੰਦੀਪ ਜੀ ਨੇ, ਲੁਬਨਾ ਜੀ ਨੇ ਕਿਹਾ ਕਿ ਦ ਫੰਡਿੰਗ ਇਟ ਰੀਅਲੀ ਰਿਕੁਆਇਰਸ ਟੂ ਬੀ ਚੈੱਕ, ਆਈ ਐਮ ਸ਼ੋਰ ਵੀ ਕੈਨ ਹੈਵ ਮੋਰ ਐਕਸਪਰਟਸ ਔਨ ਦਿਸ ਇਨ ਦ ਕਮਿੰਗ ਐਪੀਸੋਡ। ਸੰਦੀਪ ਜੀ, ਵੀ ਕੈਨ ਡਿਸਕਸ ਦਿਸ ਵੈਰੀ, ਆਈ ਥਿੰਕ ਦਿਸ ਇਜ਼ ਵੈਰੀ ਇੰਪੋਰਟੈਂਟ ਟੋਪਿਕ ਵਿਚ ਰੀਅਲੀ ਨੀਡਸ ਟੂ ਬੀ ਬ੍ਰੋਟ ਔਨ ਦ ਸਰਫਿਸ, ਵਿਚ ਪੀਪਲ ਆਰ ਸਕੇਅਰਡ ਆਫ ਡਿਸਕਸਿੰਗ ਆਈ ਥਿੰਕ, ਐਂਡ ਐਸਪੈਸ਼ਲੀ ਪੀਪਲ ਆਰ ਰੀਅਲੀ ਸਕੇਅਰਡ ਆਫ ਐਂਟਰਿੰਗ ਇਨ ਟੂ ਪੋਲੀਟਿਕਸ ਬਿਕੋਜ ਆਫ ਦਿਸ ਰੀਜ਼ਨ ਕਿ ਇੱਕ ਡਰ ਹੈ, ਇਟਸ ਡਰਟੀ, ਇਟਸ ਰਿਸਕੀ। ਔਰ ਜੋ ਐਕਚੁਲੀ ਮੈਂ ਜਿਸਮੇ ਪਾਵਰ ਹੈ, ਉਹ ਜੋ ਦੋ ਚਾਰ ਗੁੰਡੇ ਖੜਾ ਦੇਣਗੇ, ਉਹ ਕਹਿ ਦੇਣਗੇ ਹਮ ਹੀ ਪੋਲੀਟੀਸ਼ੀਅਨ ਹੈ, ਹਮ ਹੀ ਦੇਸ਼ ਚਲਾਏਂਗੇ, ਦੇ ਨੋ ਨਥਿੰਗ, ਰਾਈਟ? ਸੋ ਕੁਇਕਲੀ, ਆਈ ਥਿੰਕ ਵਿਦ ਯੋਰ ਪਰਮਿਸ਼ਨ, ਲੈਟਸ ਕਲੋਜ਼ ਫੋਰ ਟੂਡੇ ਐਂਡ ਲੈਟਸ ਆਲ ਪ੍ਰੇ, ਐਂਡ ਆਈ ਹੋਪ ਦ ਪ੍ਰੋਟੈਸਟ ਐਂਡ ਦ ਪਰੇਡ ਗੋਜ਼ ਯੂ ਨੋ ਸਕਸੈਸਫੁਲੀ, ਐਂਡ ਦੇਰ ਇਜ਼ ਐਨੀਥਿੰਗ ਦੈਟ ਸਮਬਡੀ ਵਾਂਟਸ ਟੂ ਕਲੋਜ਼, ਵੀ ਕੈਨ ਜਸਟ ਟੇਕ ਇਟ 2 minutes, ਵੀ ਹੈਵ 2 minutes. ਆਰ ਵੀ ਮੀਟਿੰਗ ਟੂਮੋਰੋ, ਪ੍ਰਭਨੋਟ ਜੀ? So we'll just inform in the group, then we'll just decide up later. Okay. Right? And okay. Anything else? I think we should continue till at least 26. Yes. And if necessary, maybe even after that. Yeah. Right. Definitely. Yeah, till the 26th, yeah. Okay. We should be celebrating along with the marching trolleys. Yes, yes. Right. Thank you guys, and we hope to see you tomorrow as well, and let's keep up the spirit, sunny side up, and let's meet tomorrow. Bye. 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 Khuda hafiz. Joining. Thank you so much. Bye.